ਨਮਸਤੇ ਦੋਸਤੋ ਜੈ ਸ਼੍ਰੀ ਰਾਮ ਜੇ ਕੋਈ ਮੇਰਾ ਵੀਰ ਦੇਖ ਪਾਰ ਰਿਹਾ ਮੈਨੂੰ ਤਾਂ ਮੈਸੇਜ ਕਰੋ ਗੱਲ ਕਰੀਏ ਫਿਰ ਅੱਜ ਸ਼੍ਰੀ ਰਾਮ ਜੀ ਤੇ ਦੁਸ਼ਹਿਰਾ ਦੀਵਾਲੀ ਸਭਾਣ ਵਾਲਾ ਵਤਿਵਾਰਾਂ ਦਾ ਦਿਨ ਆਣ ਵਾਲੇ ਆ ਤੇ ਤਮਕੀਆਂ ਮਿਲਦੀਆਂ ਆ ਕਿ ਜੇ ਕੋਈ ਦੁਸ਼ਹਿਰੇ ਤੇ ਰਾਵਣ ਦਾ ਪੁਤਲਾ ਫੋਕੂਗਾ ਤਾਂ ਫਿਰ ਉਹਨੂੰ ਪ੍ਰੋਬਲਮ ਹੋਊਗੀ ਤੇ ਰਾਮ ਜੀ ਦੇ ਪੁਤਲੇ ਫੁੱਕੇ ਜਾਊਗੇ ਤਾ ਇਸ ਚੀਜ਼ ਤੇ ਗੱਲ ਕਰਦੇ ਆ ਖੰਡਨ ਕਰਦੇ ਆ ਲੋਕਾਂ ਦਾ ਚੇ ਮੇਰੇ ਵੀਰ ਦੇਖ ਸਕਦੇ ਤਾਂ ਮੈਨੂੰ ਮੈਸੇਜ ਕਰੋ ਹਾਂਜੀ ਆ ਗਿਆ ਕਈ ਮੇਰੇ ਵੀਰ ਵਾਚ ਕਰ ਰਹੇ ਆ ਹਾਂਜੀ ਜونیਰ ਅਸਪਤੂ ਵੀਰੇ ਕਿਦਾ ਠੀਕ ਠਾਕ ਹਾਂਜੀ ਚਲੋ ਸਟਾਰਟ ਕਰਦੇ ਆ ਪਹਿਲਾਂ ਮੈਂ ਦੱਸ ਦਵਾਂ ਕਿ ਮੈਂ ਨਾ ਫੋਨ ਕੀਤਾ ਸੀਗਾ ਜਿਹੜਾ 라ਵਣ ਸੇਨਾ ਵਾਲਾ ਹੈਗਾ ਵਾ ਪੰਡਿਤ ਯੋਗੇਸ਼ ਕੁਮਾਰ ਜੀ ਜੈ ਸ਼੍ਰੀ ਰਾਮ ਭਾਈ ਜੀ ਜੈ ਸ਼੍ਰੀ ਰਾਮ ਤੇ ਅ ਲਖਵੀਰ 라ਵਣ ਕਰਕੇ ਕੁਛ ਨਾਮ ਹੈ ਸ਼ਾਇਦ ਉਹ ਲਖਵੀਰ ਬੰਦਾ ਸੀਗਾ ਤੇ ਉਹਨੇ ਕਿਹਾ ਕਿ ਮੈਂ ਗੱਲ ਕਰੂੰਗਾ ਤੇਰੇ ਨਾਲ ਇਸ ਚੀਜ਼ ਤੇ ਤੇ ਅਸੀਂ ਤਾਂ ਖੁਦ ਲੱਭਦੇ ਆਂ ਇਦਾਂ ਦੇ ਮੇਰੇ ਕੋਲ ਰਿਕਾਰਡਿੰਗਸ ਪਈਆਂ ਆ ਸਾਰੀਆਂ ਤੇ ਉਸ ਤੋਂ ਬਾਅਦ ਉਹਦੇ ਜਿਹੜਾ ਕੋਈ ਅਸਿਸਟੈਂਟ ਹੋਊਗਾ ਉਹਦਾ ਮੈਨੇਜਰ ਉਹਦੇ ਨਾਲ ਗੱਲ ਹੋਈ ਆ ਦੀਪਕ ਮੇਰੇ ਕੋਲ ਚਾਰ ਰਿਕਾਰਡਿੰਗਾਂ ਪਈਆਂ ਵਿੱਚੋਂ ਇੱਕ ਪ੍ਰਦੀਪ ਸ਼ਰਮਾ ਨਾਮ ਦੀ ਆ ਜਿਹੜਾ ਕਿ ਸਮਾਣੇ ਦਾ ਆ ਬੰਦਾ ਚਾਰ ਉਹਦੇ ਚਾਰਾਂ ਕੋਲ ਜਵਾਬ ਨਹੀਂ ਸੀਗਾ ਕੋਈ ਵੀ ਹਾਂਜੀ ਅਮਰਿਤਪਰਵਜ ਵੀਰੇ ਜੈ ਸ਼੍ਰੀ ਰਾਮ ਚਾਰਾਂ ਕੋਲ ਜਵਾਬ ਨਹੀਂ ਸੀਗਾ ਕੋਈ ਕਿ ਕਿਉਂ ਮਹਾਤਮਾ ਹੈਗਾ ਬਰਾਬਰ। ਬਸ ਉਹਨਾਂ ਨੂੰ ਪਤਾ ਕੁਛ ਇੱਕ ਉਹਨਾਂ ਨੇ ਇਦਾਂ ਉਹ ਬਣਾਏ ਸੀਗੇ ਆਪਣੇ ਅ ਕਹਿੰਦੇ ਕਹ ਲਓ ਕਿ ਉਹ ਵਿਦਵਾਨ ਸੀਗਾ, ਵੇਦਾਂ ਦਾ ਗਿਆਤਾ ਸੀਗਾ, ਉਹਨੂੰ ਆਯੁਰਵੇਦ ਹੁੰਦੀ ਸੀਗੀ, ਉਹ ਸ਼ਿਵ ਭਗਤ ਸੀਗਾ। ਮਹਾਤਮਾ ਕਿਉਂ ਸੀਗਾ? ਕਿਉਂਕਿ ਆ ਸਾਰੀਆਂ ਚੀਜ਼ਾਂ ਤਾਂ ਅਸੀਂ ਵੀ ਜਾਣ ਸਕਦੇ ਹਾਂ। ਵੇਦਾਂ ਦਾ ਗਿਆਤਾ ਮੈਂ ਹੋ ਸਕਦਾ ਵਾਂ। ਆਯੁਰਵੇਦ ਮੈਂ ਜਾਣ ਸਕਦਾ ਵਾਂ। ਸ਼ਿਵ ਭਗਤ ਮੈਂ ਹੋ ਸਕਦਾ ਵਾਂ। ਜੋਤਿਸ਼ ਮੈਂ ਜਾਣ ਸਕਦਾ ਵਾਂ। ਇਹਦੇ 'ਚ ਮੈਂ ਮਹਾਤਮਾ ਕਿਦਾ ਹੋ ਜਾਊਂਗਾ? ਸਵਾਲ ਆਇਆ ਉਹਨੇ ਕਿਹੜਾ ਜਿਹੜਾ ਖਾਸ ਕੰਮ ਕਰਤਾ ਸੀਗਾ ਕਿ ਉਹ ਜਿਹੜਾ ਮਹਾਤਮਾ ਬਣ ਗਿਆ ਕਿ ਜਿਹੜਾ ਉਹ ਸਾਡੇ ਆਮ ਲੋਕਾਂ ਤੋਂ ਕਿਉਂਕਿ ਮਹਾਤਮਾ ਦਾ ਮਤਲਬ ਹੁੰਦਾ ਮਹਾਨ ਆਤਮਾ ਕਿ ਜਿਹੜੀ ਆਤਮਾ ਤਾਂ ਸਾਡੇ ਸਾਰਿਆਂ 'ਚ ਹੈਗੀ ਆ ਜੀਵ ਆਤਮਾ ਜਿਹੜੀ ਆ ਪਰ ਮਹਾਨ ਕੀ ਦੀ ਆਤਮਾ ਆ ਕਿਹੜਾ ਜਿਹੜਾ ਬੰਦਾ ਆ ਜਿਹਨੇ ਕਿ ਮਹਾਨ ਕੰਮ ਕੀਤਾ ਤੇ ਉਹ ਜਿਹਦਾ ਹੁਣ ਅਸੀਂ ਰਾਮ ਜੀ ਬਾਰੇ ਕਹਿੰਦੇ ਆ ਉਹਨਾਂ ਨੇ ਰਾਕਸ਼ਸਾਂ ਦਾ ਵੱਧ ਕੀਤਾ ਸੀਗਾ ਜਿਹੜੇ ਕਿ ਰਿਸ਼ੀ ਮੁਣੀਆਂ ਤੰਗ ਕਰਦੇ ਸੀਗੇ ਜਿਹੜੇ ਅੱਜੇ ਹੁੰਦੇ ਸੀਗੇ ਯੱਜਾਂ ਨੂੰ ਖਰਾਬ ਕਰਦੇ ਸੀਗੇ ਵਿੱਚ ਮਾਸ ਸੁੱਟਦੇ ਹੁੰਦੇ ਸੀਗੇ ਕੁਛ ਇਦਾਂ ਕਰਦੇ ਸੀਗੇ ਤਾਂ ਫਿਰ ਆ ਲੋਕਾਂ ਕੋਲ ਜਵਾਬ ਕਿਸੇ ਕੋ ਨਹੀਂ ਸੀਗਾ ਰਿਕਾਰਡਿੰਗਸ ਵਿੱਚ ਕੋਪਈਆਂ ਆ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀਆਂ ਹੁਣ ਤਾਂ ਪਲੀਜ਼ ਮੈਨੂੰ ਦੱਸ ਦੋ ਤੇ ਮੈਸੇਜ ਕਰ ਦਿਓ ਮੈਨੂੰ ਦਾ ਨੰਬਰ ਮੈਂ WhatsApp ਤੇ ਸੈਂਡ ਕਰ ਦੂੰਗਾ ਤੇ ਅਸੀਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਵਧੀਆ ਚੀਜ਼ ਦੱਸਦਾ ਵਾਂ ਸਾਡੇ ਜਿਹੜੇ ਨਾ Hindu ਧਰਮ ਦਾ ਜਿਹੜੀ ਸਭ ਤੋਂ ਗਲਤ ਜਿਹੜੀ ਚੀਜ਼ ਹੋਈ ਹੈ ਨਾ ਉਹ ਆਈ ਹੋਈ ਹੈ ਕਿ ਹਰ ਇੱਕ ਨੇ ਆਪਣੀ ਧਾਰਨਾ ਬਣਾ ਲਈ ਹਿੰਦੂ ਧਰਮ ਚ ਹਰ ਇੱਕ ਦੀ ਇੱਕ ਆਪਣੀ ਰਮਾਇਣ ਆ ਆਪਣੀ ਮਹਾਭਾਰਤ ਆ ਤੇ ਇਹਦਾ ਐਗਜ਼ਾਮਪਲ ਦੇਣ ਲੱਗਾ ਮੈਂ ਤੁਹਾਨੂੰ ਐਗਜ਼ਾਮਪਲ ਤੁਸੀਂ ਹੁਣ ਜੈਨੀ ਜਿਹੜਾ ਸਮਾਜ ਆ ਜੈਨੀ ਸਮਾਜ ਵਿੱਚ ਵੀ ਉਹਨਾਂ ਦੀ ਇੱਕ ਰਮਾਇਣ ਆ ਜੈਨੀ ਸਮਾਜ ਦੀ ਜਿਹੜੀ ਰਮਾਇਣ ਆ ਉਹਦੇ ਵਿੱਚ ਹਨੂਮਾਨ ਜੀ ਨੂੰ ਵਿਆਹਿਆ ਹੋਇਆ ਦਿਖਾਇਆ ਗਿਆ ਆ ਆ ਦੇਖੋ ਇਹ ਫੋਟੋ ਦਿਖਾ ਰਿਹਾ ਮੈਂ ਤੁਹਾਨੂੰ ਮੈਂ ਹਾਂਜੀ ਹਨੂਮਾਨ ਜੀ ਦਾ ਵਿਆਹ ਹੋਇਆ ਪਿਆ ਵਾ ਇੱਥੇ ਕਿ ਹਨੂਮਾਨ ਜੀ ਇੱਕ ਬ੍ਰਹਮਚਾਰੀ ਨਹੀਂ ਹੈਗੇ ਹੁਣ ਉਹ ਲੋਕ ਮੰਨਦੇ ਆ ਕਿ ਹਨੂਮਾਨ ਜੀ ਵਿਆਹੇ ਹੋਏ ਸੀਗੇ ਪਰ ਕੀ ਆ ਸੱਚ ਆ ਕਿ ਵਾਲਮੀਕੀ ਰਮਾਇਣ ਜਿਹੜੀ ਸਾਡੀ ਹੈਗੀ ਆ ਜਿਹੜੀ ਵਾਲਮੀਕੀ ਜੀ ਦੁਆਰਾ ਲਿਖੀ ਹੋਈ ਆ ਕਿ ਉਹਦੇ ਵਿੱਚ ਆ ਚੀਜ਼ ਹੈਗੀ ਆ ਕਿ ਹਨੂਮਾਨ ਜੀ ਵਿਆਹੇ ਸੀਗੇ ਕਿ ਬ੍ਰਹਮਚਾਰੀ ਸੀਗੇ ਤੇ ਆ ਸਾਡੇ ਲੋਕ ਜਿਹੜੇ ਪ੍ਰਦੀਪ ਸ਼ਰਮ ਜਿਹਨੂੰ ਮੈਂ ਅੰਕਲ ਕਹਿ ਕੇ ਸੰਬੋਧਨ ਕਰਦਾ ਪਿਆ ਸੀਗਾ ਉਹ ਮੂਰਖ ਬੰਦਾ ਆ ਸਮਾਣੇ ਤੋਂ ਕੋਈ ਕਹਿੰਦਾ ਮੈਨੂੰ ਗੱਲ-ਗੱਲ ਹੋਈ ਆ 30 ਸਾਲ ਕੰਨਾ ਰਾਵਣ ਦਾ ਰੋਲ ਕੀਤਾ ਮੈਂ ਮੈਂ ਕਹਿੰਦੇ ਕਿ ਰਾਵਣ ਬਣ ਗਿਆ ਤੂੰ ਮੈਂ ਕਿ ਇਦਾਂ ਕਰਕੇ ਕਹਿੰਦਾ ਨਹੀਂ ਰਾਵਣ ਤਾਂ ਨਹੀਂ ਬਣ ਗਿਆ ਮੈਂ ਕਿ ਫੇਰ ਫੇਰ ਮੈਂ ਕਹਿੰਦਾ ਦੱਸੰਦਾ ਮੈਨੂੰ ਕੀ ਫਾਇਦਾ ਆ ਉਤੋਂ ਬਾਅਦ ਕਹਿੰਦਾ ਮੈਂ 15 ਤੋਂ ਉੱਪਰ ਗ੍ਰੰਥ ਪੜ੍ਹੇ ਆ ਤੇ ਮੈਨੂੰ ਕਹਿੰਦਾ ਬਸ ਇਸ ਗੱਲ ਦਾ ਜਵਾਬ ਦੇ ਦਿਓ ਕਿ ਸੂਰਪਨਖਾ ਦਾ ਨੱਕ ਕਿਉਂ ਵੱਡਿਆ ਇਦਾਂ ਜੇ ਭਰਾ ਦੇ ਅੱਗੇ ਕੋਈ ਭੈਣ ਦੇ ਜਾਊਗੀ ਭਰਾ ਕੀ ਕਰੂਗਾ ਮੈਂ ਕਿਹਾ ਪਹਿਲੇ ਮੈਨੂੰ ਆਹ ਦੱਸ ਸੂਰਪਨਖਾ ਉਹ ਤੇ ਕਰਨ ਗਈ ਸੀਗੀ ਭਰਾ ਨੇ ਆਣੀ ਪੁੱਛਿਆ ਮੈਂ ਕਿਹਾ ਹੁਣ ਮੇਰੀ ਜੇ ਕਿਤੇ ਭੈਣ ਹੋਵੇ ਕਿ ਮੂੰ ਚੱਕ ਕੇ ਕਿਸੇ ਵੀ ਬੰਦੇ ਕੋਲ ਚਲ ਜਵੇ ਤੇ ਉਹਨੂੰ ਕਵੇ ਕਿ ਹਾਂ ਜੀ ਇਹਦਾ ਮੇਰੇ ਨਾਲ ਸੰਭੋਗ ਕਰ ਵਿਆਹ ਕਰ ਕੁਛ ਕਰ ਤੇ ਫਿਰ ਕੱਲ ਨੂੰ ਉਹ ਬੰਦਾ ਉਹਦੇ ਨਾਲ ਕੋਈ ਵੀ ਕੁੱਟਮਾਰ ਕਰੇ ਕੁਛ ਕਰੇ ਕਵੇ ਮੈਂ ਨਹੀਂ ਕਰਨਾ ਤਾਂ ਫਿਰ ਕੀ ਉਹ ਬੰਦਾ ਗਲਤ ਹੋਊਗਾ ਕਿ ਉਹ ਜਨਾਨੀ ਗਲਤ ਹੋਊਗੀ ਕਿ ਰਾਵਣ ਨੂੰ ਪਤਾ ਨਹੀਂ ਸੀ ਕਿ ਉਹਦੀ ਭੈਣ ਕੀ ਕਰਦੀ ਪਈ ਐ ਤੇ ਉਹਨੂੰ ਜਵਾਬ ਨਹੀਂ ਆਇਆ ਗਿਆ ਉਹਦੀ ਫਿਰ ਕਹਿੰਦਾ ਜਿਨੇ ਲਿਖੀ ਆ ਰਾਮਾਇਣ ਉਹਦੇ ਤੋਂ ਪੁੱਛ ਮੇਰੇ ਤੋਂ ਕੀ ਪੁੱਛਦਾ ਵਾ ਖਸੋ ਹੀ ਨਹੀਂ ਗੱਲ ਕਰਦੀ ਉਹਨੇ ਚਲੋ ਅਸੀਂ ਇਹੋ ਗੱਲਾਂ ਨੂੰ ਛੱਡਦੇ ਹਾਂ ਪਿੱਛੇ ਪਹਿਲੇ ਮਹਾਤਮਾ ਰਾਵਣ ਤੇ ਅਸੀਂ ਗੱਲ ਕਰਦੇ ਹਾਂ ਅੱਜ ਵੀਡੀਓ ਥੋੜੀ ਲੰਬੀ ਹੋ ਜੂਗੀ ਮੇਰੇ ਵੀਰ ਤਾਂ ਦੇਖ ਲਈਓ ਤੁਹਾਨੂੰ ਥੋੜਾ ਪਤਾ ਲੱਗ ਜਾਊਗਾ ਕਿ ਐਂਡ ਤੱਕ ਤੁਸੀਂ ਜਵਾਬ ਦੇਣ ਜੋਗੇ ਹੋ ਜੂਗੇ ਆ ਜਿਹੜੀ ਰਾਵਣ ਸੈਨਾ ਆ ਤੁਸੀਂ ਕਦੀ ਵੀ ਫੇਰੀ ਨਾਲ ਤੋਂ ਮਤਲਬ ਕਿ ਸਵਾਲਾਂ ਜਵਾਬਾਂ ਦੇ ਪਿੱਛੇ ਨਹੀਂ ਰਹੋਗੇ ਤੇ ਇਹਦਾ ਚਰਿੱਤਰ ਦੇਖਦੇ ਆ ਸਭ ਤੋਂ ਪਹਿਲਾਂ ਅਸੀਂ ਰਿਮਾਈਂਡ ਦੇ ਤਹਿਤ ਹੀ ਅਸੀਂ ਆ ਮੈਂ ਕੁਝ ਪ੍ਰਿੰਟ ਆਊਟ ਕੱਢੇ ਸੀਗੇ ਤੇ ਉਹਦੇ ਨਾਲ ਦੇਖਦੇ ਆ ਅ ਇਹ ਗੱਲ ਅਸੀਂ ਹਮੇਸ਼ਾ ਇੱਕ ਗੱਲ ਚੇਤਾ ਰੱਖਿਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਜਿੱਦਾਂ ਮੈਂ ਦੱਸਿਆ ਕਿ ਰਮਾਇਣਾਂ ਬਹੁਤ ਤਰ੍ਹਾਂ ਦੀਆਂ ਆ ਰਾਮਚੇਤ ਮਨਸ ਇੱਕ ਵਿੱਚੋਂ ਹੈਗੀ ਆ ਤੇ ਜਿਹੜੀ ਰਾਮਚੇਤ ਮਨਸ ਹੈਗੀ ਆ ਨਾ ਉਹਦੇ ਵਿੱਚ ਮਤਲਬ ਕਿ ਕੁਝ ਇਦਾਂ ਦੀਆਂ ਚੀਜ਼ਾਂ ਕਹੀਆਂ ਗਈਆਂ ਜਿਹੜੀਆਂ ਅਸਲ ਰਮਾਇਣ ਦੇ ਨਾਲ ਨਹੀਂ ਮੇਲਜੋਲ ਖਾਂਦੀਆਂ ਤੇ ਸਾਡਾ ਜਿਹੜਾ ਹਿੰਦੂ ਸਮਾਜ ਆ ਉਹ ਰਾਮਚੇਤ ਮਨਸ ਨੂੰ ਕਿਉਂਕਿ ਉਹ ਇੱਕ ਤਾਂ ਈਜ਼ੀ ਲੈਂਗੁਏਜ ਜਿਹੜੀ ਬ੍ਰਿਜ ਭਾਸ਼ਾ ਹੈ ਉਹਦੇ ਚ ਸਮਝ ਲੱਗਦੀ ਹੈ ਤੁਹਾਨੂੰ ਤੇ ਉਹ ਤੋਂ ਇਲਾਵਾ ਉਹਦੇ ਵਿੱਚ ਕੁਝ ਜਿਹਦਾ ਨਾ ਕਹਿ ਲਓ ਕਿ ਥੋੜਾ ਸ਼ਕਤੀ ਪ੍ਰਦਰਸ਼ਨ ਜ਼ਿਆਦਾ ਕੀਤਾ ਗਿਆ ਆ ਉਦੇ ਕਰਕੇ ਉਹਨੂੰ ਜਿਆਦਾ ਲੋਕੀ ਨਾਲੇ ਰੀਸੈਂਟਲੀ ਲਿਖੀ ਗਈ ਸੀ ਤੇ ਕਿਤੇ ਨਾ ਕਿਤੇ ਪਿਛਲੇ ਕੁਝ ਟਾਈਮਾਂ ਵਿੱਚ ਇੱਕ ਆਪਹਾਵਾ ਗਿਆ ਸੀਗਾ ਇੱਕ ਲੋਕਾਂ ਚ ਸੋਚ ਆ ਗਈ ਸੀ ਕਿ ਵਾਲਮੀਕੀ ਜੀ ਸ਼ਾਇਦ ਛੂਦਰ ਸੀਗੇ ਤੇ ਤੁਸੀਂ ਕੋ ਸੁਵਾਮੀ ਇੱਕ ਬ੍ਰਾਹਮਣ ਸੀਗੇ ਤਾਂ ਅਸੀਂ ਇਹਨਾਂ ਦੀ ਪ੍ਰਿਫਰ ਕਰਦੇ ਕਿਤੇ ਨਾ ਕਿਤੇ ਆ ਇੱਕ ਜਿਹਦਾ ਗੱਲ ਆ ਗਈ ਸੀ ਪਰ ਚਲੋ ਇਹਤੇ ਮੈਂ ਜਿਆਦਾ ਨਹੀਂ ਜਾਊਂਗਾ ਤੇ ਮੈਂ ਆਪਣੀ ਮਹਾਤਮਾ ਵਾਲੀ ਗੱਲ ਤੋਂ ਸਟਾਰਟ ਕਰਦਾ ਹਾਂ ਕਿ ਮਹਾਤਮਾ ਰਾਵਣ ਕਿਦਾਂ ਬਣ ਗਿਆ ਕਿ ਕੀ ਉਹਦੇ ਵਿੱਚ ਸੀਗਾ ਮਹਾਂਤਮਾ ਵਾਲਾ ਕੰਮ ਇੱਥੇ ਅਰਣੇ ਕਾਉਂਡ ਵਿੱਚ ਆਉਂਦਾ ਵਾ ਜਦੋਂ ਸੀਤਾ ਮਾਤਾ ਕੋਲ ਜਾਂਦਾ ਵਾ ਉਹ ਮਾਤਾ ਨੂੰ ਕਹਿੰਦਾ ਆ ਕਿ ਮੈਂ ਅਨੇਕਾਂ ਸੁੰਦਰੀਆਂ ਨੂੰ ਕਿਡਨਾਪ ਕੀਤਾ ਸੀਗਾ ਤੇ ਉਹਨਾਂ ਦਾ ਹਰਣਾ ਕੀਤਾ ਸੀਗਾ ਤੇ ਤੂੰ ਸਾਰਿਆਂ ਦੀ ਪਟਰਾਣੀ ਬਣ ਮਤਲਬ ਬੰਦਾ ਦੱਸਦਾ ਪਿਆ ਵਾ ਇੱਕ ਥੋਕ ਕੇ ਕਿ ਮੈਂ ਇੰਨੀਆਂ ਜਨਾਨੀਆਂ ਚੱਕੀਆਂ ਆ ਕਿਡਨਾਪ ਕੀਤੀਆਂ ਆ ਤੂੰ ਉਹਨਾਂ ਦੀ ਪਟਰਾਣੀ ਬਣਾ ਕੇ ਮਨ ਲੋਕੇ ਉਪਰੋਂ ਆ ਲੋਕੀ ਦੱਸਦੇ ਪਏ ਕਿ ਉਹ ਮਹਾਤਮਾ ਬੰਦਾ ਆ ਕਿ ਜਿਹੜਾ ਕਿ ਜਨਾਨੀਆਂ ਚੱਕ-ਜੱਕ ਕੇ ਲੈ ਕੇ ਆਂਦਾ ਵਾ ਲੋਕਾਂ ਦੀਆਂ ਜਨਾਨੀਆਂ ਧੀਆ ਭੈਣਾਂ ਨੂੰ ਚੱਕਦਾ ਵਾ ਉਹ ਬੰਦਾ ਇੱਕ ਅਰਣਿਕਾਂਡ 'ਚ ਹੈਗਾ ਵਾ ਤੁਸੀਂ ਆ ਪੜ੍ਹ ਲਈਓ ਠੀਕ ਆ ਤੇ ਉਸ ਤੋਂ ਬਾਅਦ ਆ ਸੁੰਦਰ ਕਾਂਡ ਵਿੱਚ ਉਹ ਕਹਿੰਦਾ ਵਾ ਕਿ ਕਿ ਤੂੰ ਆਣਾ ਸੋਚ ਕੇ ਮੈਂ ਤੈਨੂੰ ਹਰਕੇ ਕੋਈ ਧਰਮ ਕੀਤਾ ਵਾ ਜਦ ਕਿ ਆ ਸਾਰਾ ਤਾਂ ਰਾਖਸ਼ਾਂ ਦਾ ਧਰਮ ਹੈਗਾ ਆ ਕਿ ਮੈਂ ਮਤਲਬ ਉਹ ਕਿ ਰਾਖਸ਼ਾਂ ਦਾ ਧਰਮ ਹੈ ਕਿ ਦੂਜਿਆਂ ਦੀਆਂ ਜਨਨੀਆਂ ਨੂੰ ਚੱਕ ਕੇ ਲੈ ਕੇ ਆਣਾ ਉਹਨਾਂ ਨਾਲ ਸਰੀਰਿਕ ਸੰਬੰਧ ਬਣਾਨੇ ਸੰਭੋਗ ਕਰਨਾ ਆ ਸੁੰਦਰ ਕਾਂਡ ਵਿੱਚ ਲਿਖਿਆ ਗਿਆ ਆ ਸੁੰਦਰ ਕਾਂਡ ਦਾ ਅਸਰਗ 20/5 ਉੱਥੇ ਤੁਸੀਂ ਜਾ ਕੇ ਪੜ੍ਹ ਲਈਓ ਆ ਜੀ ਲਿਖੀ ਹੋਈ ਆ ਜਿਹੜੀ ਕਿ ਰਾਵਣ ਕਹਿ ਰਿਹਾ ਵਾ ਮਾਤਾ ਸੀਤਾ ਨੂੰ ਜੇ ਤੂੰ ਇਦਾਂ ਦਾ ਸੋਚ ਕੇ ਮੈਂ ਕੋਈ ਅਧਰਮ ਕੀਤਾ ਵਾ ਮੇਰਾ ਧਰਮ ਹੈ ਕਿਉਂਕਿ ਮੈਂ ਰਾਖਸ਼ਸ ਹੈਗਾ ਆ ਤਾਂ ਫਿਰ ਆ ਲੋਕੀ ਆਪਣੇ ਨਾਮ ਪਿੱਛੇ ਜਿਹੜਾ ਰਾਖਸ਼ਸ ਲਾਣਾ ਸ਼ੁਰੂ ਕਰਤਾ ਵਾ ਇਹਨਾਂ ਨੇ ਰਾਵਣ ਨਾਣਾ ਸ਼ੁਰੂ ਕਰਤਾ ਵਾ ਤੇ ਸੋਚਦੇ ਆ ਕਿ ਖਰੇ ਜਿਹੜਾ Hindu ਸਮਾਜ ਆ ਉਹ ਐਕਚੁਅਲੀ ਸੋਚਦੇ ਕਿ ਉਹਨਾਂ ਨੂੰ ਪਤਾ ਲੱਗ ਗਿਆ ਵਾ ਕਿ ਜਿਹੜਾ ਸਾਡਾ Hindu ਸਮਾਜ ਆ ਨਾ ਉਹਨੇ ਪੜਨਾ ਲਿਖਣਾ ਘੱਟ ਕਰਤਾ ਵਾ ਆਪਣੇ ਗ੍ਰੰਥਾਂ ਨੂੰ ਉਹਨਾਂ ਨੂੰ ਲੱਗਦਾ ਵਾ ਕਿ ਅਸੀਂ ਐਡਵਾਂਸ ਹੋ ਗਏ ਆ ਜੇ ਕਿਤੇ ਅਸੀਂ ਆਪਣੇ ਗ੍ਰੰਥ ਪੜ੍ਹ ਲਵਾਂਗੇ ਨਾ ਤਾਂ ਖਰੇ ਲੋਕੀ ਸਾਨੂੰ ਸੋਚੂਗੇ ਕਿ ਜਾਂ ਤਾਂ ਬੈਕਵਰਡ ਜੇ ਹੈਗੇ ਆ ਜਾਂ ਸ਼ਾਇਦ ਜੇ ਅਸੀਂ ਇੰਗਲਿਸ਼ ਤੋਂ ਹਿੰਦੀ ਬੋਲਵਾਂਗੇ ਤਾਂ ਥੋੜੇ ਬੈਕਵਰਡ ਲੱਗਾਂਗੇ ਇਦਾਂ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿ ਹਿੰਦੀ ਪੰਜਾਬੀ ਜਿਹੜੀ ਮਰਜ਼ੀ ਤੁਸੀਂ ਭਾਸ਼ਾ ਬੋਲੋ ਤੁਹਾਡੀ ਆਪਣੀ ਭਾਸ਼ਾ ਆ ਤੇ ਉਸ ਤੋਂ ਬਾਅਦ ਯੁੱਧ ਕਾਂਡ ਦੇ ਸਰਗ ਵਿੱਚ ਆਂਦਾ ਵਾ ਤੇ ਉਹਦੇ ਵਿੱਚ ਕਿਹਾ ਜਾਂਦਾ ਵਾ ਜਿਹੜੀ ਮੰਡੋਦਰੀ ਆ ਉਹ ਕਹਿੰਦੀ ਆ ਕਹਿੰਦੀ ਜਿਹੜਾ ਰਾਵਣ ਨੂੰ ਕਹਿੰਦੀ ਆ ਕਿ ਤੂੰ ਤੁਸੀਂ ਦਾ ਇੰਨੇ ਸੰਗਰਾਮ ਕਿਤੇ ਆ ਮਾਇਆ ਰਚਣ ਵਾਲੇ ਆ ਤੂੰ ਤੁਹਾਡੇ ਇੱਥੇ ਕਿੰਨੀਆਂ ਜ਼ਿਆਦਾ ਅਸੂਰਾਂ ਦੀਆਂ ਮਨੁਸ਼ੀਏ ਦੀਆਂ ਕਿੰਨੀਆਂ ਜ਼ਿਆਦਾ ਕੁੜੀਆਂ ਪਈਆਂ ਹੋਈਆਂ ਵਾ ਇਦਾਂ ਤੁਹਾਡੇ ਜਿਹੜੀਆਂ ਤੁਸੀਂ ਹੰਨ ਕਰਕੇ ਲੈ ਕੇ ਆਉਂਦੇ ਹੋ ਤੇ ਉਸ ਤੋਂ ਬਾਅਦ ਜਦੋਂ ਹਨਮਾਨ ਜੀ ਵੀ ਜਾਂਦੇ ਆ ਉੱਥੇ ਹਨਮਾਨ ਜੀ ਦੱਸਦੇ ਆ ਉੱਥੇ ਕਿ ਜਦੋਂ ਮੈਂ ਦਾ ਕਮਰਿਆਂ ਵਿੱਚ ਦੇਖ ਰਿਹਾ ਸੀਗਾ ਮਾਤਾ ਸੀਤਾ ਲਈ ਕਿ ਮਾਤਾ ਸੀਤਾ ਕਿੱਥੇ ਹੈਗੇ ਉੱਥੇ ਕਿੰਨੀਆਂ ਜ਼ਿਆਦਾ ਕੁੜੀਆਂ ਇਦਾਂ ਪਈਆਂ ਹੋਈਆਂ ਸੀ ਤੇ ਮੈਨੂੰ ਯਕੀਨ ਹੋ ਗਿਆ ਸੀਗਾ ਕਿ ਉਹਨਾਂ ਚੋਂ ਕੋਈ ਵੀ ਮਾਤਾ ਸੀਤਾ ਨਹੀਂ ਹੋਊਗੀ ਤੇ ਆਹ ਲੋਕੀ ਕਹਿ ਰਹੇ ਆ ਕਿ ਉਹ ਮਹਾਤਮਾ ਸੀਗਾ ਉਹ ਮਤਲਬ ਕਿ ਕੁੜੀਆਂ ਦੇ ਰੇਪ ਕਰ ਰਿਆ ਵਾ ਸਾਰਾ ਕੁਝ ਕਰ ਰਿਆ ਵਾ ਤੇ ਫਿਰ ਉਸ ਤੋਂ ਬਾਅਦ ਆ ਕਹਿੰਦੇ ਆ ਕਿ ਤੇ ਉਸ ਤੋਂ ਬਾਅਦ ਇੱਕ ਹੋਰ ਫਿਰ ਉਸ ਤੋਂ ਬਾਅਦ ਪਤਾ ਕੀ ਕਹਿੰਦੇ ਮਹਾਤਮਾ ਇਸ ਲਈ ਸੀਗਾ ਮਾਤਾ ਸੀਤਾ ਨੂੰ ਹੱਥ ਨਹੀਂ ਲਾਇਆ ਉਹਨੇ ਮਾਤਾ ਸੀਤਾ ਨਾਲ ਕੁਝ ਉਹਨੇ ਗਲਤ ਨਹੀਂ ਕੀਤਾ ਕਿ ਉਹ ਚਾਹਦਾ ਤਾਂ ਉਹ ਰੇਪ ਕਰ ਸਕਦਾ ਸੀਗਾ ਇਹਦਾ ਵੀ ਆਨਸਰ ਰਮਾਇਣ ਵਿੱਚ ਹੀ ਹੈਗਾ ਵਾ ਯੁੱਧਗਾੰਡ ਵਿੱਚ ਲਿਖਦੇ ਆ ਕਹਿੰਦੇ ਕਿ ਆ ਰਾਵਣ ਨੇ ਪੁੰਜਕਾ ਸਥਿਲਕਾ ਦੇ ਨਾਮ ਦੀ ਅpsara ਨਾਲ ਸ਼ਕਤੀਪੂਰਵਕ ਸੰਭੋਗ ਕਰ ਲਿਆ ਸੀਗਾ ਤੇ ਬ੍ਰਹਮਾ ਜੀ ਨੇ ਉਹਨੂੰ ਸ਼ਰਾਬ ਦੇ ਦਿੱਤਾ ਸੀਗਾ ਕਿ ਜੇਦੋਂ ਤੂੰ ਕਿਸੇ ਨਾਲ ਵੀ ਬਲਵਪੂਰਵਕ ਸੰਭੋਗ ਕਰੂੰਗਾ ਸੈਕਸ ਕਰੂੰਗਾ ਤਾਂ ਉਸ ਵੇਲੇ ਤੇਰੇ ਸਿਰ ਦੇ ਟੁਕੜੇ ਹੋ ਜੂਗੇ ਤੂੰ ਮਰ ਜਾਊਗਾ ਕਿ ਉਹ ਤੋਂ ਸ਼ਰਾਬ ਤੋਂ ਬਾਅਦ ਉਹ ਡਰਨ ਲੱ ਪਿਆ ਸੀਗਾ ਉੱਤਰਕਾਂਡ ਵਿੱਚ ਲਿਖਿਆ ਗਿਆ ਰਾਵਣ ਨੇ ਨਲਕੁਬਰ ਦੀ ਇਸਤਰੀ ਨਾਲ ਵੀ ਬਲਪੂਰਵਕ ਸੰਭੋਗ ਕੀਤਾ ਸੀਗਾ ਤੇ ਉੱਥੋਂ ਵੀ ਉਹਨੂੰ ਸ਼ਰਾਬ ਮਿਲਿਆ ਸੀਗਾ ਕਿ ਜੇ ਉਹ ਕਿਸੇ ਨਾਲ ਵੀ ਇਦਾਂ ਬਲਪੂਰਵਕ ਸੰਭੋਗ ਕਰੂਗਾ ਤੇ ਉਸ ਤੋਂ ਬਾਅਦ ਉਹ ਮਰੂਗਾ ਉਹ ਜਿੰਦਾ ਨਹੀਂ ਬਚੂਗਾ ਤੇ ਇਦਾਂ ਦੇ ਹੋਰ ਵੀ ਪਤਾ ਨਹੀਂ ਕਿੰਨੇ ਹੀ ਪ੍ਰਮਾਣ ਹੈਗੇ ਆ ਜਿੱਥੇ ਦੱਸਿਆ ਗਿਆ ਆ ਤਾਂ ਕਰਕੇ ਡਰਦਾ ਸੀਗਾ ਉਹ ਬੰਦਾ ਉਹ ਡਰਦਾ ਸੀਗਾ ਕਿ ਰਾਵਣ ਕਿ ਰਮਾਇਣ ਵਿੱਚ ਹੀ ਆ ਜੀ ਲਿਖੀ ਵਾਲਮੀਗੀ ਰਮਾਇਣ ਉੱਚ ਕਿ ਕਿਤੇ ਮੈਂ ਮਰਨਾ ਜਾਵਾਂ ਜੇ ਮੈਂ ਵਲਪੂਰਵ ਕਰਦਾ ਤਾਂ ਕਰਕੇ ਮਾਤਾ ਸੀਤਾ ਨੂੰ ਕਹਿੰਦਾ ਸੀਗਾ ਕਿ ਤੂੰ ਮੰਨ ਜਾ ਤੇ ਅਸੀਂ ਫਿਰ ਤੈਨੂੰ ਮੈਂ ਪਟਰਾਣੀ ਬਣਾ ਦਊਗਾ ਇਦਾਂ ਕਿ ਜੋ ਵੀ ਰਿਲੇਸ਼ਨ ਚ ਆ ਜੰਨੇ ਆ ਤੇ ਉਸ ਤੋਂ ਬਾਅਦ ਹੁਣ ਆਨੇ ਆ ਮਹਾਤਮਾ ਵਾਲਾ ਤੁਹਾਨੂੰ ਚੈਪਟਰ ਮੇਰੇ ਖਾਲ ਕੰਪਲੀਟ ਹੋ ਗਿਆ ਹੋਊਗਾ ਕਿ ਪਤਾ ਲੱਗ ਗਿਆ ਹੋਊਗਾ ਆ ਜਿਹੜੇ ਲੋਕ ਆ ਮਹਾਤਮਾ ਨੂੰ ਕਹਿੰਦੇ ਪਰ ਮਹਾਤਮਾ ਵਾਲੀ ਉੱਚ ਕੋਈ ਵੀ ਗੱਲ ਨਹੀਂ ਸੀਗੀ ਉਹ ਤੋਂ ਬਾਅਦ ਕਹਿੰਦੇ ਆ ਕਿ ਉਹ ਯੋਧਾ ਬਹੁਤ ਤਗੜਾ ਸੀਗਾ ਤਾਂ ਕਰਕੇ ਅਸੀਂ ਉਹਨੂੰ ਮਹਾਤਮਾ ਕਹਿੰਨੇ ਆਯੁਰਵੇਦ ਹੁੰਦੀ ਸੀਗੀ ਉਹ ਅਪਰਦੀਪ ਸ਼ਰਮਾ ਜਿਹੜਾ ਬੰਦਾ ਆ ਉਹਨੂੰ ਤੁਸੀਂ ਵੀ ਫੋਨ ਕਰ ਲਿਓ ਨਾ ਮੈਂ ਨੰਬਰ ਤੁਹਾਨੂੰ ਦੱਸ ਦੂੰਗਾ ਸਾਰਿਆਂ ਨੂੰ ਮੈਂ ਫੇਸਬੁੱਕ ਤੇ ਪਾ ਦੂੰਗਾ ਉਹਨੋਂ ਵਾਲੇ ਕੁਐਸਚਨ ਪੁੱਛਿਓ ਕਹੀਓ ਵੇਦਾਂ ਦਾ ਗਿਆਤਾ ਤਾਂ ਜ਼ਾਕਿਰ ਨਾਇਕ ਆ ਮੁ슬ਮਨ ਸਕੋਲਰ ਆ ਬਹੁਤ ਵੱਡਾ ਉਹਨੂੰ ਵੇਦ ਰਟੇ ਹੋਏ ਆ ਉਹ ਮਤੋਦੇ ਵਾਂਗੂ ਬੋਲਦਾ ਆ ਵੇਦਾਂ ਦੇ ਕੋਈ ਵੀ ਤੁਸੀਂ ਉਹਨੂੰ ਪੁੱਛ ਲਓ ਕਿ ਉਹ ਅੱਜ ਆ ਸਾਡਾ ਇੱਕ ਪੰਡਿਤ ਬ੍ਰਾਹਮਣ ਬਣ ਗਿਆ ਉਹ ਕਿ ਜ਼ਾਕਿਰ ਨਾਇਕ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਆ ਸਾਡਾ ਬ੍ਰਾਹਮਣ ਭਰਾ ਆ ਕਿਉਂਕਿ ਆ ਵੇਦਾਂ ਦਾ ਗਿਆਤਾ ਆ ਆ ਜਿਹੜੇ ਸਾਡੇ ਉਪਨਿਸ਼ਦ ਹੈਗੇ ਆ ਨਾ ਸਾਡੇ ਉਪਨਿਸ਼ਦਾਂ ਵਿੱਚ ਕਿਹਾ ਜਾਂਦਾ ਵਾ ਦੋ ਚੀਜ਼ਾਂ ਜ਼ਰੂਰੀ ਆ ਇਕੱਠੀਆਂ ਹੋਣੀਆਂ ਇੱਕ ਤਾਂ ਹੈਗੀ ਆ ਕਰਮ ਤੇ ਇੱਕ ਹੈਗਾ ਗਿਆਨ ਜੇ ਤੁਹਾਡੇ ਕੋਲ ਸਿਰਫ ਗਿਆਨ ਆ ਤੁਸੀਂ ਕੰਮ ਨਹੀਂ ਕਰਦੇ ਉਸ ਚੀਜ਼ ਤੇ ਮਤਲਬ ਵੇਦਾਂ ਦਾ ਗਿਆਨ ਹੈਗਾ ਤੁਹਾਡਾ ਕੰਮ ਨਹੀਂ ਕਰਦੇ ਤਾਂ ਵੀ ਤੁਹਾਨੂੰ ਮੋਕਸ਼ ਨਹੀਂ ਪ੍ਰਾਪਤ ਹੋਊਗਾ ਤੇ ਜੇ ਤੁਸੀਂ ਅ ਕੰਮ ਕਰਦੇ ਪਿਓ ਪਰ ਤੁਹਾਨੂੰ ਗਿਆਨ ਨਹੀਂ ਹੈਗਾ ਕਿਉਂਕਿ ਗਿਆਨ ਤੋਂ ਬਿਨਾਂ ਤੁਸੀਂ ਕੰਮ ਨਹੀਂ ਕਰ ਸਕਦੇ ਫੇ ਵੀ ਤੁਹਾਨੂੰ ਮੁਕਸ਼ਪਾ ਤੁਹਾਨੂੰ ਦੋਵੇਂ ਚੀਜ਼ਾਂ ਚਾਹੀਦੀਆਂ ਪਰ ਰਾਵਣ ਜੇ ਗਿਆਤਾ ਸੀਗਾ ਵੀ ਉਹਨੇ ਕੰਮ ਨਹੀਂ ਕੀਤਾ ਉਹਨੇ ਜਦੋਂ ਮਾਤਾ ਸੀਤਾ ਨੂੰ ਹਰਨ ਕੀਤਾ ਜਾਂ ਹੋਰ ਜਿਹੜੀਆਂ ਔਰਤਾਂ ਨੂੰ ਹਰਨ ਕੀਤਾ ਉਹ ਵੇਦ ਵਿਰੁੱਧ ਹੋ ਗਿਆ ਤੇ ਜਦੋਂ ਬੰਦਾ ਵੇਦ ਵਿਰੁੱਧ ਹੋ ਗਿਆ ਤੇ ਬਸ ਉੱਥੇ ਵੀ ਗੱਲ ਖਤਮ ਹੈ ਕਿ ਉਹ ਫਿਰ ਬ੍ਰਾਹਮਣ ਨਹੀਂ ਹੈਗਾ ਉਸ ਤੋਂ ਬਾਅਦ ਆ ਕਹਿੰਦੇ ਆ ਕਿ ਆ ਰਿਸ਼ੀ ਵੈਸ਼ਰਵਾਜ ਜੀ ਦਾ ਪੁੱਤਰ ਸੀਗਾ ਤਾਂ ਕਰਕੇ ਸਾਡਾ ਬ੍ਰਾਹਮਣ ਭਰਾ ਆ ਕਿ ਉਹ मुनि ਸੀਗੇ ਤਾਂ ਕਰਕੇ ਆਹ ਬੰਦਾ ਇਦਾਂ ਦਾ ਫਿਰ ਜਿਹੜਾ ਉਹ ਮਹਾਭਾਰਤ ਵਿੱਚ ਰਾਕਸ਼ਸ ਹੜਿੰਬਾ ਦਾ ਰਾਕਸ਼ਸੀ ਹੜਿੰਬਾ ਦਾ ਜਿਹੜਾ ਪੁੱਤਰ ਹੈਗਾ ਵਾ ਉਹਨੂੰ ਵੀ ਅਸੀਂ ਘਰੋਤਕਚ ਨੂੰ ਕਹਿ ਸਕਦੇ ਹਾਂ ਕਿ ਉਹ ਵੀ ਫਿਰ क्षत्रिय ਹੀ ਸੀਗਾ ਉਹਨੂੰ ਉੱਥੇ ਨਕਾਰ ਦਿੱਤਾ ਗਿਆ ਸੀਗਾ ਕਿ ਨਹੀਂ ਇਹਦੇ ਵਿੱਚ ਖੂਨ ਰਾਕਸ਼ਸਨੀ ਦਾ ਹੈਗਾ ਆ ਤੇ ਅਸੀਂ ਇਹਨੂੰ ਨਹੀਂ ਐਕਸੈਪਟ ਕਰ ਸਕਦੇ ਤੇ ਕ੍ਰਿਸ਼ਨ ਜੀ ਨੇ ਵੀ ਉਹਦੀ ਮੂਤ ਤੇ ਕਿਹਾ ਸੀਗਾ ਕਿ ਜੇ ਤੁਸੀਂ ਨਾ ਇਹਨੂੰ ਮਾਰਦੇ ਅਰਜੁਨ ਨੂੰ ਗਿਆ ਸੀਗਾ ਤਾਂ ਮੈਂ ਇਹਨੂੰ ਮਾਰ ਦੇਣਾ ਨੱਚਣ ਲਾ ਪੇਸ ਕ੍ਰਿਸ਼ਨ ਜੀ ਤਾਂ ਮਹਾਭਾਰਤ ਵਿੱਚ ਆ ਡਾਕੂਮੈਂਟਡ ਆ ਚੀਜ਼ ਕਿ ਤੁਸੀਂ ਪੜ੍ਹ ਸਕਦੇ ਆ ਜਦੋਂ ਉਹ ਅਗਟੋਤ ਕਚਦਾ ਵੱਧ ਹੁੰਦਾ ਤਾਂ ਕ੍ਰਿਸ਼ਨ ਜੀ ਖੁਸ਼ ਹੁੰਦੇ ਆ ਕਿ ਆ ਬੰਦਾ ਰਾਖਸ਼ ਸਿਗਾ ਇਹਦਾ ਮਰਨਾ ਹੀ ਯੋਗ ਹੈ ਸਿਗਾ ਤੇ ਇਦਾਂ ਹੀ ਫਿਰ ਕਿਸੇ ਮੁਨੀ ਦਾ ਕਿਸੇ ਡਾਕਟਰ ਦਾ ਬੱਚਾ ਡਾਕਟਰ ਹੋਊਗਾ ਆ ਪੱਕੀ ਗੱਲ ਨਹੀਂ ਹੈਗੀ ਕਿਸ ਇੰਜੀਨੀਅਰ ਦਾ ਬੱਚਾ ਇੰਜੀਨੀਅਰ ਹੀ ਹੋਊਗਾ ਆ ਪੱਕੀ ਗੱਲ ਨਹੀਂ ਬ੍ਰਾਹਮਣ ਇੱਕ ਆਣੀ ਹੈਗਾ ਕਿ ਹਾਂ ਇੱਕ ਬਲੱਡ ਲਾਈਨ ਦੀ ਅਸੀਂ ਰਿਸਪੈਕਟ ਕਰ ਸਕਦੇ ਆ ਜੇ ਉਹ ਬਲੱਡ ਲਾਈਨ ਰਿਸਪੈਕਟ ਯੋਗ ਹੋਊਗੀ ਪਰ ਜੇ ਰਿਸਪੈਕਟ ਯੋਗ ਨਹੀਂ ਹੋਊਗੀ ਤਾਂ ਫਿਰ ਅਸੀਂ ਸਾਨੂੰ ਲੋੜ ਵੀ ਨਹੀਂ ਹੈਗੀ ਉਹਦੀ ਰਿਸਪੈਕਟ ਕਰਨ ਦੀ ਕੁਝ ਵੀ ਦਾ ਕਰਨ ਦੀ ਤੇ ਜਿਹੜਾ ਰਾਵਣ ਸੀਗਾ ਉਹ ਚਾਹੇ ਜਿੰਨਾ ਮਰਜੀ ਯੋਗ ਕੁਲਚੂਆ ਆਇਆ ਸੀਗਾ ਯੋਗ ਬਲੱਡ ਸੀਗਾ ਉਹਦਾ ਪਰ ਉਹ ਖੁਦ ਕਦੀ ਵੀ ਬ੍ਰਾਹਮਣਾ ਵਾਲਾ ਉਹਨੇ ਕੰਮ ਨਹੀਂ ਕੀਤਾ ਹੁਣ ਨਾ ਇੱਕ ਫਿਰ ਆ ਜਿਹੜਾ ਪ੍ਰਦੀਪ ਸ਼ਰਮਾ ਆ ਉਹਨੇ ਵਿੱਚ ਨਾ ਇੱਕ ਸਟੋਰੀ ਸੁਣਾਈ ਜਿਹੜੀ ਸਟੋਰੀ ਨਾ ਇੱਕ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੇ ਸੁਣਾਈ ਸੀਗੀ ਜਦੋਂ ਪਿੱਛੇ ਜਿਹੇ ਹੱਲੇ ਉਹਨਾਂ ਨੇ ਐਨੀਮੇਟਡ ਜਿਹਾ ਬਣਾਇਆ ਸੀਗਾ ਕਿ ਨਾ ਕੰਬ ਰਮਾਇਣ ਵਿੱਚ ਲਿਖਿਆ ਹੋਇਆ ਵਾ ਕੰਬ ਰਮਾਇਣ ਵਿੱਚ ਲਿਖਿਆ ਕਿ ਰਾਵਣ ਆਇਆ ਸੀਗਾ ਪੁਰੋਹੀਤ ਬਣ ਕੇ ਇਹਨਾਂ ਦਾ ਤੇ ਪੁਰੋਹੀਤ ਬਣ ਕੇ ਤੁਹਾਨੂੰ ਨਾ ਮੈਂ ਦੱਸਾਂ ਆ ਇੰਨੀ ਕਿਤੇ ਬੇਫਕੀ ਭਰੀਆਂ ਗੱਲਾਂ ਹੈਗੀਆਂ ਵਾ ਜਿਹੜੀਆਂ ਜੇ ਨਾ ਤੁਸੀਂ ਖੁਦ ਥੋੜਾ ਜਿਹਾ ਸੋਚ ਲਓਗੇ ਨਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਆ ਕਿੰਨਾ ਬੇਫਕੂ ਬਣਾਉਂਦੇ ਆ ਪਹਿਲੀ ਗੱਲ ਤਾਂ ਆਹਾ ਸ਼੍ਰੀ ਰਾਮ ਜੀ ਖੁਦ ਵੇਦਾਂ ਦੇ ਬਹੁਤ ਵੱਡੇ ਗਿਆਤਾ ਸੀਗੇ ਗਿਆਨ ਉਹਨਾਂ ਦਾ ਬਹੁਤ ਜ਼ਿਆਦਾ ਸੀਗਾ ਦੱਸਦਾ ਮੈਂ ਕਿਦਾਂ ਇੱਕ ਵਾਰ ਜਦੋਂ ਉਹ ਜਾ ਰਹੇ ਆ ਆ ਉਹਦਾ ਪਤਾ ਲੱਭਣ ਬਾਲੀ ਦੇ ਭਰਾ ਦਾ ਸੁਗਰੀਵ ਦਾ ਤੇ ਉੱਥੇ ਨਾ ਉਹ ਸੁਗਰੀਵ ਹਨੂਮਾਨ ਜੀ ਨੂੰ ਕਹਿੰਦਾ ਕਿ ਤੁਸੀਂ ਜਾ ਕੇ ਪਤਾ ਕਰੋ ਕਿ ਆ ਬੰਦੇ ਕੌਣ ਹੈਗੇ ਆ ਮੇਰਾ ਪਤਾ ਕਿਉਂ ਲੱਭ ਰਹੇ ਆ ਤਾਂ ਉੱਥੇ ਨਾ ਆਪਣਾ ਪੇਸ ਬਦਲ ਕੇ ਹਨੂਮਾਨ ਜੀ ਜਾਂਦੇ ਹਨੂਮਾਨ ਜੀ ਕਹਿੰਦੇ ਆ ਕਿ ਗੱਲਗੁੱਲ ਕਰਦੇ ਕਿ ਤੁਸੀਂ ਕੌਣ ਹੋ ਇਦਾਂ ਉੱਥੇ ਨਾ ਉਹਨਾਂ ਦੀ ਗੱਲ ਸੁਣ ਕੇ ਸ਼੍ਰੀ ਰਾਮ ਕਹਿੰਦੇ ਆ ਕਿ ਜਿੰਨਾ ਸੋਹਣਾ ਉਚਾਰਣ ਤੁਸੀਂ ਵੇਦਾਂ ਦਾ ਤੇ ਤੁਹਾਡੇ ਮੁਖ ਤੋਂ ਸ਼ਾਸਤਰਾਂ ਦਾ ਹੋ ਰਿਹਾ ਆ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਆਮ ਇਨਸਾਨ ਹੈਗੇ ਆ ਤੁਸੀਂ ਕੋਈ ਬਹੁਤ ਜ਼ਿਆਦਾ ਆ ਆ ਸ਼ਾਦ ਵੱਡੇ ਸ਼ਾਸਤਰੀ ਹੈਗੇ ਹੋ ਤੁਹਾਨੂੰ ਬਹੁਤ ਜ਼ਿਆਦਾ ਨੋਲੇਜ ਹੈਗੀ ਆ ਤੇ ਉੱਥੇ ਫਿਰ ਉਹ ਦੱਸਦੇ ਹਾਂ ਜੀ ਮਤਲਬ ਕਿ ਸ਼੍ਰੀ ਰਾਮ ਜੀ ਨੂੰ ਪਤਾ ਸੀਗਾ ਕਿ ਕਿਹੜਾ ਬੰਦਾ ਵਧੀਆ ਉਚਾਰਨ ਕਰ ਸਕਦਾ ਕਿਹੜਾ ਨਹੀਂ ਕਰ ਸਕਦਾ ਤੇ ਉਹ ਵੀ ਕਿੰਨਾ ਵਧੀਆ ਉਚਾਰਨ ਕਰ ਰਹੇ ਸੀਗੇ ਮਤਲਬ ਉੱਥੇ ਹੁਣ ਤੁਸੀਂ ਆ ਚੀਜ਼ ਲਾ ਲਓ ਜਦੋਂ ਸਤਿਯੁਗ ਸੀਗਾ ਜਾਂ ਉਤੋਂ ਜਿਹੜਾ ਬਾਅਦ ਦਾ ਟਾਈਮ ਇਵਨ ਕਿ ਦੁਆਪਰ ਯੋਗ ਤੱਕ ਲੋਕੀ ਵੇਦਾਂ ਨੂੰ ਆਮ ਲੋਕਾਂ ਦੇ ਘਰਾਂ ਵਿੱਚ ਵੇਦ ਪੜ੍ਹੇ ਜਾਂਦੇ ਸੀਗੇ ਕੋਈ ਆ ਨਹੀਂ ਸੀਗਾ ਕਿ ਕੋਈ ਵੇਦਾਂ ਤੋਂ ਪਿੱਛੇ ਸੀਗਾ ਏਦਾਂ ਤੋਂ ਨਹੀਂ ਜਾਣਦਾ ਸੀਗਾ ਸਾਰੇ ਵੇਦ ਪੜ੍ਹਦੇ ਸੀਗੇ ਲੋਕੀ ਉੱਥੇ ਸ਼ਾਸਤਰ ਆਰਥ ਹੁੰਦੇ ਸੀਗੇ ਸਾਡੇ ਵੇਦ ਵਿਆਸ ਜੀ ਨੇ ਜਿਹੜੇ ਉਪਨਿਸ਼ਦ ਲਿਖੇ ਸਾਰੇ ਜਿਹੜਾ ਲੋਕੀ ਉਹਦੇ ਵਿੱਚ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਕਿ ਸਾਰਿਆਂ ਨੂੰ ਪੜ੍ਹਾਈ ਦਾ ਹੱਕ ਸੀਗਾ ਤੇ ਜਿੰਨੇ ਵੀ ਸਾਡੇ ਨੀਤੀਕਾਰ ਹੈਗੇ ਆ ਸਾਰਿਆਂ ਨੇ ਆਹੀ ਨੀਤੀਆਂ ਬਣਾਈਆਂ ਕਿ ਚਾਹੇ ਸ਼ੂਦਰ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਉਹ ਵੇਦਾਂ ਦਾ ਗਿਆਨ ਪ੍ਰਾਪਤ ਕਰੂਗਾ ਤੇ ਆਹੀ ਚੀਜ਼ ਉਸ ਵੇਲੇ ਸੀਗੀ ਜਦੋਂ ਰਾਵਣ ਦਾ ਟਾਈਮ ਸੀਗਾ ਉਹਨਾਂ ਜਿੱਦਾਂ ਕਹਿਣਾ ਨਾ ਕਿ ਉਹ ਵੇਦਾਂ ਦਾ ਗਿਆਤਾ ਸੀਗਾ ਉੱਤੇ ਹਰ ਕੋਈ ਵੇਦਾਂ ਦਾ ਗਿਆਤਾ ਸੀਗਾ ਕੋਈ ਸਪੈਸ਼ਲ ਚੀਜ਼ 라ਵਣ ਚ ਨਹੀਂ ਸੀ ਕੋਈ ਵੀ ਸਪੈਸ਼ਲ ਚੀਜ਼ ਨਹੀਂ ਸੀ ਹਾਂ ਬਸ ਇੱਕ ਕਿਸੇ ਨਾ ਲੜਕੇ ਆਪਣੀ ਜਿੱਦਾਂ ਲੜਾਈ ਚ ਇਦਾਂ ਹੁੰਦਾ ਜਿਹਦੀ ਸੈਨਾ ਜ਼ਿਆਦਾ ਹੋਗੀ ਉਹ ਜਿੱਤ ਗਿਆ ਤੇ ਆ ਸਿੰਪਲੀ ਇਦਾਂ ਆ ਕਿ ਆ ਇਹਨਾਂ ਨੇ ਆਪਣੇ ਦਾ ਬੰਦੇ ਇਕੱਠੇ ਕਰਕੇ ਗਏ ਆ ਇਹਨਾਂ ਨੇ ਦੇਵਤਿਆਂ ਤੇ ਹਮਲੇ ਕੀਤੇ ਆ ਤੇ ਬਾਕੀਆਂ ਨੇ ਹਮਲੇ ਕੀਤੇ ਆ ਜਿਹੜੇ ਚਾਹੇ ਕੁਬੇਰ ਹੋ ਗਿਆ ਤੇ ਇਹਨਾਂ ਨੇ ਉਹਨਾਂ ਦਾ ਰਾਜ ਛੀਨ ਲਿਆ ਚਲੋ ਆ ਫਿਰ ਤੁਹਾਨੂੰ ਮੈਂ ਕਲੀਅਰ ਕਰਤੀ ਆ ਵੀ ਗੱਲ ਕਿ ਜਿਹੜਾ ਕਹਿੰਦੇ ਆ ਕਿ ਉਹ ਬ੍ਰਾਹਮਣ ਪੁੱਤਰ ਸੀਗਾ ਤੇ ਤਾਂ ਕਰਕੇ ਅਸੀਂ ਉਹਨੂੰ ਉਹਨਾਂ ਚਾਚੇ ਤਾਈ ਬਣਾਈ ਫਿਰਦੇ ਆ ਇਦਾਂ ਆ ਆ ਯਾਦ ਰੱਖਿਓ ਕੋਈ ਜਨਮ ਤੋਂ ਬ੍ਰਾਹਮਣ ਨਹੀਂ ਹੁੰਦਾ ਕੋਈ ਜਨਮ ਤੋਂ ਸ਼ੁੱਦਰ ਨਹੀਂ ਹੁੰਦਾ ਸੋਰੀ ਜਨਮ ਤੋਂ ਦਾ ਸ਼ੁੱਦਰ ਹੁੰਦਾ ਆ ਪਰ ਬਾਅਦ ਵਿੱਚ ਦਵਿੱਜ ਜਦੋਂ ਪੜ੍ਹ ਲਿਖ ਕੇ ਬੰਦਾ ਬ੍ਰਾਹਮਣ ਬਣ ਸਕਦਾ ਵਾ ਤੇ ਆ ਚੀਜ਼ ਹਮੇਸ਼ਾ ਆਪਣੇ ਦਿਮਾਗ 'ਚ ਰੱਖਿਓ ਆ ਜਿਹੜੀ ਚੀਜ਼ ਅਸੀਂ ਬਣਾਈ ਆ ਨਾ ਅੱਜ ਕਿ ਜੇ ਬ੍ਰਾਹਮਣ ਦਾ ਪੁੱਤਰ ਬ੍ਰਾਹਮਣ ਹੀ ਹੋਊਗਾ ਆ ਅੰਬੇਡਕਰਵਾਦੀ ਚੀਜ਼ ਆ ਆ ਇਹ ਤੋਂ ਲੱਭ ਹੋਰ ਕੁਝ ਨਹੀਂ ਹੈਗੀ ਜਿਹੜੇ ਅੰਬੇਡਕਰਵਾਦੀ ਜਿਹੜੀ ਸੋਚ ਹੈ ਨਾ ਕਨਸਟੀਟਿਊਸ਼ਨ ਜਾਂ ਗੋਰਿਆਂ ਦੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਕਿ ਬ੍ਰਾਹਮਣ ਦਾ ਪੁੱਤਰ ਬ੍ਰਾਹਮਣ ਹੋਊਗਾ क्षत्रिय ਦਾ ਪੁੱਤਰ क्षत्रिय ਹੀ ਹੋਊਗਾ ਆਜ ਹੁਣ ਜੇ ਕੱਲ ਨੂੰ ਮੇਰੇ ਜੇ ਜਿਹੜੇ ਪੁਰਖੇ ਸੀਗੇ ਜੇ ਕਿਤੇ ਉਹ ਲੜਦੇ ਫਿਰਦੇ ਹੋਊਗੇ ਕਿਤੇ ਆਪਣੀ ਸੈਨਾ ਵਿੱਚ ਅੱਜ ਮੈਨੂੰ ਲੋੜ ਨਹੀਂ ਹੈਗੀ ਲੜਨ ਦੀ ਮੇਰਾ ਕਨਸਟੀਟਿਊਸ਼ਨ ਹੈਗਾ ਵਾ ਇੱਕ ਵਧੀਆ ਆਪਣੀ ਇੱਕ ਪਰੰਪਰਾ ਚੱਲਦੀ ਜਾਂਦੀ ਆ ਤੇ ਉਹਦੇ ਮੁਤਾਬਕ ਮੈਂ ਆਪਣਾ ਕਰ ਸਕਦਾ ਹਾਂ ਜੋ ਵੀ ਇੱਥੇ ਕਰਨਾ ਕਿ ਇਹ ਆਪਣੀ ਮਰਜ਼ੀ ਨਾਲ ਆਪਣਾ ਜਿਹੜਾ ਵੀ ਵਰਨ ਹੈ ਉਹਨੂੰ ਚੂਜ਼ ਕਰ ਸਕਦਾ ਮੈਂ ਬ੍ਰਾਹਮਣ ਵਰਨ ਚੂਜ਼ ਕੀਤਾ ਆ ਕਿ ਮੈਂ ਚਾਹੁੰਦਾ ਆ ਕਿ ਲੋਕੀ ਜਾਣਨ ਕਿ ਆ ਬੰਦਾ ਪੜ੍ਹਿਆ ਲਿਖਿਆ ਹੈਗਾ ਵਾ ਇਹਨੂੰ ਗਿਆਨ ਹੈਗਾ ਵੇ ਚੀਜ਼ ਦਾ ਚਾਹੇ ਮੈਂ ਖਸ਼ਤਰੀ ਗੁੱਲ ਚ ਪੈਦਾ ਹੋਇਆ ਵਾ ਇਹਦੇ ਪਰਸ਼ੂਰਾਮ ਜੀ ਨਾਲ ਵੀ ਸੀਗਾ ਤੇ ਤੁਸੀਂ ਆ ਚੀਜ਼ਾਂ ਨੂੰ ਖਿਆਲ ਰੱਖੋ ਜਦੋਂ ਵੀ ਤੁਹਾਨੂੰ ਕੋਈ ਲੋਕੀ ਕਹਿੰਦੇ ਆ ਉਤੋਂ ਬਾਅਦ ਆ ਕਹਿੰਦੇ ਆ ਹੁਣ ਅਗਲਾ ਇਹਨਾਂ ਦਾ ਜਿਹੜਾ ਉਹ ਹੈਗਾ ਆ ਕਲੇਮ ਅਨਾਰੇ ਤੇ ਆ ਰੇ ਕਿ ਆ ਕਹਿੰਦੇ ਅਸੀਂ ਅਨਾਰੇ ਆ ਆ ਗੱਲ ਦਾ ਜਵਾਬ ਨਹੀਂ ਆਇਆ ਸੀਗਾ ਮੈਂ ਦੱਸ ਦਵਾਂ ਰਾਵਣ ਟੀਮ ਨੂੰ ਜੋ ਮੈਂ ਪੁੱਛਿਆ ਵਾ ਕਹਿੰਦੇ ਅਸੀਂ ਆ ਰਹੇ ਆ ਤੇ ਤੁਸੀਂ ਆ ਰਹੇ ਹੈਗੇ ਹੋ ਇਦਾਂ ਤੇ ਇਹਨਾਂ ਤੁਹਾਨੂੰ ਮੈਂ ਦੱਸ ਦਾਵਾਂ ਜਦੋਂ ਮੰਡੋਦਰੀ ਵੀ ਰਾਵਣ ਨੂੰ ਬੁਲਾਉਂਦੀ ਆ ਜਾਂ ਮਾਤਾ ਸੀਤਾ ਸੁਗਰੀਵ ਨਾਲ ਗੱਲ ਕਰਦੇ ਆ ਜਾਂ ਜਦੋਂ ਸੁਗਰੀਵ ਬਾਲੀ ਨਾਲ ਗੱਲ ਕਰਦੇ ਤਾਂ ਉਹ ਸਾਰੇ ਆ ਰਹੇ ਸ਼ਬਦ ਯੂਜ਼ ਕਰਦੇ ਆ ਇੱਕ ਦੂਜੇ ਲਈ ਕਿ ਆਰੇ ਕਹਿੰਦੇ ਇੱਕ ਦੂਜੇ ਨੂੰ ਆਰੇ ਕੋਈ ਜਾਤੀ ਨਹੀਂ ਹੈਗੀ ਆਰੇ ਇੱਕ ਸ਼੍ਰੇਸ਼ਟ ਪੁਰਸ਼ਾਂ ਦਾ ਇੱਕ ਸਮੂਹ ਕਹ ਲਓ ਜਾਂ ਕੁਝ ਵੀ ਜਿਹੜਾ ਸ਼੍ਰੇਸ਼ਟ ਪੁਰਸ਼ ਜਿਹੜੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਂਦਾ ਆਰੇ ਜਿੱਦਾਂ ਇੱਕ ਰਿਸਪੈਕਟ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਵਾ ਵਰਡ ਦਸ਼ਰਥ ਨੂੰ ਜਿਹਦਾ ਮਾਤਾ ਕਹ ਕਹੀ ਜਾਂ ਕੋ ਛੱਲਿਆ ਉਹ ਸਾਰੇ ਆ ਆਰੇ ਕਹ ਕੇ ਹੀ ਬੁਲਾਉਂਦੇ ਸੀਗੇ ਸਾਡੇ ਪੰਥ ਪ੍ਰਕਾਸ਼ ਵਿੱਚ ਈਵਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪੰਥ ਪ੍ਰਕਾਸ਼ ਲਿਖਿਆ ਗਿਆ ਉਹਨਾਂ ਤੇ ਉਹਦੇ ਵਿੱਚ ਵੀ ਆ ਗੱਲ ਆਰੇ ਆਰੇ ਬਾਰੇ ਆਈ ਹੋਈ ਆ ਕਿ ਜੋ ਤੁਮ ਸਿੱਖ ਹਮਾਰੇ ਆਰੇ ਦੇਵ ਉਸ ਇਸ ਧਰਮ ਕੇ ਕਾਰਜ ਕਿ ਜਿਹੜੇ ਤੁਸੀਂ ਸਿੱਖ ਮੇਰੇ ਆਰੇ ਹੈਗੇ ਹੋ ਤੁਸੀਂ ਧਰਮ ਦੇ ਕਾਰੇ ਲਈ ਆਪਣੇ ਸੀਸ ਦੇ ਦੋ ਤੇ ਆ ਚੀਜ਼ ਲਿਖੀ ਇਦਾਂ ਹੋਈ ਆ ਤੇ ਉਸ ਤੋਂ ਬਾਅਦ ਸਾਡੀ ਜੇ ਹੁਣ ਇੰਨਾ ਹੀ ਵੱਡਾ ਗਿਆਤਾ ਸੀਗਾ ਰਿਗਵੇਦ ਦਾ ਯਾਜੁਰਵੇਦ ਦਾ ਸਾਂਵੇਦਾ ਉਹਨੂੰ ਆ ਗੱਲ ਪਤਾ ਨਹੀਂ ਸੀ ਕਿ ਰਿਗਵੇਦ ਵਿੱਚ ਲਿਖਿਆ ਹੋਇਆ ਵਕ੍ਰੇਨਵਨ ਤੋਂ ਵਿਸ਼ਵ ਆਰੀਅਮ ਕਿ ਜਿਹੜਾ ਪੂਰੇ ਵਿਸ਼ਵ ਨੂੰ ਆਰੇ ਬਣਾਓ ਉਹਨੂੰ ਆ ਗੱਲ ਪਤਾ ਨਹੀਂ ਸੀ ਕਿ ਸਾਡੇ ਵੇਦ ਕਹਿੰਦੇ ਪਿਆ ਕਿ ਆਰੇ ਬਣੋ ਉਹ ਅਨਾਰੇ ਬਣ ਕੇ ਬੈਠਾ ਸੀਗਾ ਤੇ ਉਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਮੈਂ ਸਟੋਰੀ ਯੁੱਧਕਾਂਡ ਦੀ ਸਟੋਰੀ ਸੁਣਾਉਣਾ ਆ ਯੁੱਧਕਾਂਡ ਵਿੱਚ ਉਹ ਖੁਦ ਮੰਦਵਗੇ ਆ ਰਹੇ ਹੈਗਾ ਵਾ ਉਹ ਨੂੰ ਨਾ ਕਾਇਲ ਹੋ ਜਾਂਦਾ ਰਾਵਣ ਤੇ ਜਿਹੜਾ ਉਹਦਾ ਸਾਰਥੀ ਹੁੰਦਾ ਵਾ ਉਹ ਨੂੰ ਯੁੱਧ ਭੂਮੀ ਤੋਂ ਬਾਹਰ ਕੱਢ ਕੇ ਲੈ ਜਾਂਦਾ ਵਾ ਤੇ ਉੱਥੇ ਉਹ ਮੁਰਸ਼ਿਤ ਹੁੰਦਾ ਜਦੋਂ ਹੋਸ਼ ਜਾਂਦਾ ਵਾ ਉਹ ਦੇਖਦਾ ਕਹਿੰਦਾ ਮੈਂ ਕਿੱਥੇ ਆ ਉਹ ਕਹਿੰਦਾ ਮੈਂ ਯੁੱਧ ਭੂਮੀ ਤੋਂ ਤੁਹਾਨੂੰ ਬਾਹਰ ਲਿਆ ਆ ਵਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ हे ਮੂਰਖ ਅਨਾਰੇ ਕਿ ਤੂੰ ਨੇ ਮੇਰੇ ਵੀਰੇ ਔਰ ਮੇਰੇ ਯਸ਼ ਸਭ ਤੇ ਤੂੰ ਨੇ ਧੱਬਾ ਲਗਾ ਦਿਆ ਕਿ ਮਤਲਬ ਕਿ ਤੂੰ ਜਿਹੜਾ ਤੂੰ ਮੈਂ ਆਰੇ ਹੈਗਾ ਵਾਂ ਕਿ ਤੂੰ ਅਨਾਰੇ ਬੰਦੇ ਨੇ ਇੱਕ ਮਤਲਬ ਕਿ ਜਿੱਦਾਂ ਅਸੀਂ ਗਾਲ ਨਹੀਂ ਕੱਢਦੇ ਕਿਸੇ ਨੂੰ ਜਿੱਦਾਂ ਗੁੱਸੇ ਜਾਏ ਨੇ ਕੁੱਤੇ ਹਰਾਮੀ ਇਦਾਂ ਕਰਕੇ ਉੱਥੇ ਉਹਨਾਂ ਨੇ ਅਨਾਰੇ ਸ਼ਬਦ ਗਾਲ ਲਈ ਯੂਜ਼ ਕੀਤਾ ਵਾਂ ਕਿ ਤੂੰ ਮੇਰੇ ਯਸ਼ ਤੇ ਮੇਰੇ ਜਿਹੜਾ ਵੀਰ ਤਵ ਹੈਗਾ ਵਾ ਮੇਰਾ ਸਾਰੇ ਤੇ ਤੂੰ ਗਲੰਕ ਕਰਤਾ ਮੇਰੇ ਜਿਹੜਾ ਇਨੇ ਯਸ਼ ਬਣਿਆ ਹੋਇਆ ਸੀਗਾ ਮੇਰਾ ਦੁਨੀਆ ਵਿੱਚ ਮੈਂ ਆ ਰਿਹਾ ਹੈਗਾ ਵਾ ਮੈਂ ਕਿ ਰਿ ਯੁੱਧ ਭੂਮੀ ਤੋਂ ਭੱਜਣ ਵਾਲਿਆ ਚ ਨਹੀਂ ਹੈਗਾ ਜਾਣ ਦੇਣੀ ਸੀਗੀ ਮੈਂ ਤੇ ਉਹ ਤੋਂ ਇਲਾਵਾ ਫਿਰ ਹੋਰ ਕੋਈ ਮੇਰੇ ਵੀਰ ਦਾ ਕਿਸੇ ਦਾ ਸਵਾਲ ਹੈਗਾ ਉਹ ਕਹਿੰਦੇ ਹਾਂਜੀ ਉਹ ਸੱਚ ਸ਼ਿਵ ਭਗਤ ਕਦੇ ਬੋਬੋ ਦਾ ਸ਼ਿਵ ਭਗਤ ਦਸੀਗਾ ਉਹ ਏਡਾ ਵੱਡਾ ਸ਼ਿਵ ਭਗਤ ਦਸੀਗਾ ਤੇ ਅਸੀਂ ਮਤਲਬ ਕਿ ਉਹਨਾਂ ਬ੍ਰਾਹਮਣ ਕਹਿਣਾ ਸ਼ਿਵ ਭਗਤ ਜੇ ਕੋਈ ਸੀਗਾ ਜੇ ਮੈਂ ਸ਼ਿਵ ਜੀ ਨੂੰ ਮੰਨਦਾ ਵਾਂ ਇਹਦਾ ਮਤਲਬ ਆ ਕਿ ਤੂੰ ਹੋ ਗਿਆ ਕਿ ਤੁਸੀਂ ਮੇਰੀ ਰਿਸਪੈਕਟ ਕਰਨੀ ਆ ਸ਼ਿਵ ਭਗਤ ਹੋਣਾ ਤਾਂ ਉਹ ਭਸਮਾਸੁਰ ਵੀ ਸ਼ਿਵ ਭਗਤ ਦਸੀਗਾ ਏਦਾਂ ਦਾ ਬਥੇਰੇ ਸ਼ਿਵ ਭਗਤ ਹੋਇਆ ਰਾਖਸ਼ ਜਿੰਨੇ ਵੀ ਹੈਗੇ ਸ਼ਿਵ ਭਗਤ ਹੋਇਆ ਸਾਰੇ ਤੇ ਹੁਣ ਉਹ ਸਾਰਿਆਂ ਦੀ ਅਸੀਂ ਰਿਸਪੈਕਟ ਕਰੀਏ ਜਿਹੜਾ ਜਿਹੜਾ ਬੰਦਾ ਆਪਣੇ ਮਤਲਬ ਲਈ ਸ਼ਿਵ ਭਗਤ ਹੈਗਾ ਵਾ ਉਹਨੂੰ ਪਤਾ ਵਾ ਕਿ ਮੈਂ ਸ਼ਿਵ ਦੀ ਭਗਤੀ ਕਰੂੰਗਾ ਦਾਦੀ ਹੈਗਾ ਵਾ ਮੇਰਾ ਇਦਾਂ ਕਲਿਆਣ ਹੋਊਗਾ ਤਾਂ ਉਹ ਬੰਦਾ ਰਿਸਪੈਕਟ ਕਿੱਥੋਂ ਪਾਊਗਾ ਕਿਉਂ ਅਸੀਂ ਉਹਦੀ ਰਿਸਪੈਕਟ ਕਰੀਏ ਕਿਤੇ ਕੋਈ ਮਤਲਬ ਕਿ ਇਹਨਾਂ ਦੇ ਜਿਹੜੇ ਨਾ ਲੋਕੀ ਰਾਵਣ ਸੇਣਾ ਰਾਵਣ ਸੇਣਾ ਜਿੱਦਾਂ ਨਾ ਕਰਦੇ ਆ ਨਾ ਇਹਨਾਂ ਦਾ 1% 1% ਕੋਈ ਇਦਾਂ ਦਾ ਮੈਨੂੰ ਹੁਣ ਹੀ ਲੱਗਿਆ ਕਿ ਜਿੱਥੇ ਮੈਂ ਕਹਿ ਦਵਾ ਕਿ ਆਹ ਲੋਕਾਂ ਕੋਲ ਨਾ ਬਹੁਤ ਜ਼ਿਆਦਾ ਗਿਆਨ ਆ ਤੇ ਆਹ ਲੋਕਾਂ ਨੇ ਕੁਝ ਵਕਰੀ ਘੜ ਗੜਤੀ ਆ ਬਸ ਨਾ ਇੱਕ ਪੋਲਿਟਿਕਸ ਆ ਕਿ ਜਿਹੜੀ ਕਾਂਗਰਸਵਾਦੀ ਲੋਕੀ ਆ ਕ੍ਰਿਸਚਨ ਮਿਸ਼ਨਰੀਆ ਦੇ ਅੰਡਰ ਕੰਮ ਕਰਦੇ ਆ ਤੇ ਬਸ ਇਹਨਾਂ ਨੇ ਜਿਹੜੀ ਬ bomb safe ਇਹਨਾਂ ਦੀ ਚਲਦੀ ਆ bomb safe ਜਿਹੜੀ ਹੈਗੀ ਆ ਉਹ ਕ੍ਰਿਸਚਨ ਜਿਹੜੀ ਮਿਸ਼ਨਰੀਆ ਦੀ ਆ ਪੂਰੀ ਇਦਾਂ ਤੁਸੀਂ ਦੇਖ ਲਓਗੇ ਉਹਨਾਂ ਦੇ ਹੋਰਡਿੰਗਸ ਲੱਗੇ ਹੁੰਦੇ ਆ ਪਿੱਛੇ ਆ ਜਿਹੜਾ ਹੁਣ ਪ੍ਰਦੀਪ ਸ਼ਰਮਾ ਸੀਗਾ ਆ ਨਿਕਲਿਆ ਅੰਕਲ ਆ ਸਮਾਣੇ ਤੋਂ ਉਹਨੇ ਵੀ ਆਪਣਾ ਪੋਸਟਰ ਤੇ ਜਾ ਮੈਨੂੰ ਉਹ ਵੀ ਕਾਂਗਰਸੀ ਆ ਹੈਗਾ ਵਾ ਮਤਲਬ ਕਿ ਆਲਮੋਸਟ ਜਿੰਨੇ ਕਾਂਗਰਸੀ ਉਹਨਾਂ ਦਾ ਕੰਮ ਹੀ ਆਹੀ ਆ ਕਿ ਤੁਸੀਂ ਚਾਹੇ ਲਿਬਰਲ ਦੇਖ ਲਓ ਚਾਹੇ ਕੋਈ ਕੌਮੀਨਿਸਟਰ ਦੇਖ ਲਓ ਚਾਹੇ ਹੋਰ ਜਿੰਨੇ ਮਰਜ਼ੀ ਤੁਸੀਂ ਦੇਖ ਲਓ ਪਤਾ ਉਹਨਾਂ ਦਾ ਕਮਿਊਨਿਸਟਾ ਮਤਲਬਵਾ ਆ ਅਸੀਂ ਹਿੰਦੂਆਂ ਦੇ ਐਂਟੀ ਆ ਮਤਲਬ ਹੋਰ ਕਿਸੇ ਦੇ ਨਹੀਂ ਹਿੰਦੂਆਂ ਦੇ ਐਂਟੀ ਆ ਕੋਈ ਹੋਰ ਦੇਖ ਲਓ ਲਿਬਰਲ ਦੇਖ ਲਓ ਅਸੀਂ ਹਿੰਦੂਆਂ ਵਿੱਚ ਗਲਤੀਆਂ ਕਰਨੀਆਂ ਜਾਂ ਹੋਰ ਕੋਈ ਵੀ ਬੰਦਾ ਤੁਸੀਂ ਦੇਖ ਲਓ ਜਿਹੜਾ ਕਿ ਕੰਮ ਕੋਈ ਕਰਦਾ ਹੋਵੇ ਕਿ ਜੇ ਸੋਸਾਇਟੀ ਲਈ ਈਵਨ ਕਿ ਅੱਜ ਨਾ ਇੱਕ ਧਾਰਨਾ ਬਣ ਗਈ ਹੈ ਕਿ ਹਿੰਦੂਆਂ ਨੂੰ ਕੋਸੋ ਤੇ ਅੱਗੇ ਵਧੋ ਸਿੰਪਲ ਗੱਲ ਆ ਆ ਜਿਹੜਾ ਧਾਰਨਾ ਜੀ ਇੱਕ ਬਣ ਚੁੱਕੀ ਆ ਲੋਕਾਂ ਦੀ ਤੇ ਆਹੀ ਲੋਕ ਜਿਹੜੇ ਰਾਵਣ ਸੈਨਾ ਵਾਲੇ ਆਹੀ ਚੀਜ਼ ਨੂੰ ਅੱਗੇ ਪ੍ਰਮੋਟ ਕਰ ਰਹੇ ਆ ਜੇ ਮੇਰੇ ਵੀਰ ਕਿਸੇ ਦਾ ਵੀ ਕੋਈ ਸੁਭਾਅ ਲ ਹੈਗਾ ਵੈਸ ਚੀਜ਼ ਬਾਰੇ ਜੇ ਕਿਸੇ ਨੇ ਕੁਝ ਪੁੱਛਣਾ ਤਾਂ ਪੁੱਛ ਲੋ ਇੱਥੇ ਹੀ ਮੈਂ ਆਨਸਰ ਕਰਦਾ ਹਾਂਗਾ ਨਹੀਂ ਤਾਂ ਫਿਰ ਮੇਰੇ ਖਿਆਲ ਤੋਂ ਮੈਂ ਜਿੰਨਾ ਜਵਾਬ ਦੇਣਾ ਸੀਗਾ ਦੇ ਦਿੱਤਾ ਵ ਤੇ ਲੱਭ ਲੈਣਾ ਮੈਂ ਥੋੜਾ ਬਹੁਤ ਉਦਾਂ ਕੁਛ ਤੇ ਹਾਂਜੀ ਸੱਚ ਇੱਕ ਹੋਰ ਤੁਹਾਨੂੰ ਦੱਸ ਦਵਾ ਉਦਾਹਰਣ ਜੇ ਕੋਈ ਤੁਹਾਨੂੰ ਕਵੇ ਕਿ ਕਿੱਥੇ ਕਿਹਾ ਵਾ ਆਰੇ ਤੇ ਕਿੱਥੇ ਨਹੀਂ ਕਿਹਾ ਜਦੋਂ ਰਾਵਣ ਮਾਰਿਆ ਗਿਆ ਤਾਂ ਸਾਰੀਆਂ ਜਿੰਨੀਆਂ ਵੀ ਰਾਖਸ਼ੀਆਂ ਸੀਗੀਆਂ ਉਹ ਆਰੇ ਆਰੇ ਵਿਲਾਪ ਕਰਦੀਆਂ ਹੋਈਆਂ ਭੱਜ ਰਹੀਆਂ ਸੀਗੀਆਂ ਔਰ ਅਨਾਰੇ ਵਿਲਾਪ ਕਿਸ ਨੇ ਵੀ ਨਹੀਂ ਕੀਤਾ ਆਰੇ ਆਰੇ ਹੀ ਕਹਿ ਕੇ ਭਜਨੀਆਂ ਸੀਗੀਆਂ ਉਹ ਆਪਣੇ ਪਤੀਆਂ ਕਿਉਂਕਿ ਐਂਡ ਆਫ ਦਾ ਡੇ ਆਪਣੇ ਪਤੀ ਨੂੰ ਜਾਂ ਆਪਣੇ ਰਿਸ਼ਤੇਦਾਰ ਨੂੰ ਹਰ ਕੋਈ ਰਿਸਪੈਕਟ ਦਿੰਦਾ ਵਾ ਕਿਉਂਕਿ ਉਹ ਉਹਨਾਂ ਲਈ ਚੰਗਾ ਸੀਗਾ ਸਾਡੇ ਲਈ ਮਾੜਾ ਹੋਵੇ ਚਾਹੇ ਪਰ ਉਹਨਾਂ ਲਈ ਤਾਂ ਚੰਗਾ ਸੀਗਾ ਨਾ ਤਾਂ ਉਹਨਾਂ ਨੇ ਤਾਂ ਉਹਦੀ ਰਿਸਪੈਕਟ ਕਰਨੀ ਹੀ ਕਰਨੀ ਆ ਤਾਂ ਆਰੇ ਜਿਹੜਾ ਸ਼ਬਦ ਹੈ ਉਹ ਰਿਸਪੈਕਟ ਦੇ ਲਈ ਆ ਨਾ ਕਿ ਕਿਸੇ ਜਿਹਦਾ ਕੋਈ ਵੀ ਜਦਾਰੇ ਬਾਹਰੋਂ ਆਏ ਤੇ ਫਲਾਣਾ ਹੋ ਗਿਆ ਧਮਕਣਾ ਹੋ ਗਿਆ ਇਦਾਂ ਦਾ ਕੁਝ ਨਹੀਂ ਹੈਗਾ ਤੇ ਵਾਲਮੀਕੀ ਜੀ ਨੇ ਵੀ ਇਨੇ ਸੋਹਣੇ ਢੰਗ ਨਾਲ ਰਮਾਇਣ ਲਿਖੀ ਸਗੀ ਕੋਈ ਹੋਰ ਮੈਨੂੰ ਧਰਮ ਦਿਖਾ ਦਿਓ ਤੁਸੀਂ ਕੋਈ ਵੀ ਚੱਜੈਨੀ ਦਾ ਧਰਮ ਦਿਖਾ ਦਿਓ ਕੀ ਤੁਸੀਂ ਕਦੀ ਦੇਖਿਆ ਵਾ ਕਿ ਉਹਨਾਂ ਦੇ ਇੱਕ ਗ੍ਰੰਥ ਦੇ 10 15 ਤਰ੍ਹਾਂ ਦੇ 100 ਤਰ੍ਹਾਂ ਦੇ ਲਿਖੇ ਹੋਣ ਕਦੀ ਵੀ ਨਹੀਂ ਤੁਸੀਂ ਦੇਖੋਗੇ ਸਿੱਖ ਸਿੱਖਾਂ ਦਾ ਦਿਖਾ ਦਿਓ ਉਹਨਾਂ ਤੁਸੀਂ ਦੇਖੋਗੇ ਕਿ ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹਦੇ ਬਹੁਤ ਤਰ੍ਹਾਂ ਦੇ ਥੋੜੀ ਲਿਖਦੇ ਉਹਨਾਂ ਨੇ ਇੱਕੋ ਆ ਗ੍ਰੰਥ ਉਹ ਇੱਕੋ ਨੂੰ ਹੀ ਮੰਨਦੇ ਆ ਕੁਰਾਨ ਆ ਕੁਰਾਨ ਇੱਕੋ ਆ ਬਾਈਬਲ ਉਹ ਹੁਣ 올ਡ ਤੇ ਨਿਊ ਟੈਸਟਾਮੈਂਟ ਆ ਪਰ ਨਿਊ ਟੈਸਟਾਮੈਂਟ ਨੂੰ ਲੋਕੀ ਮੰਨਦੇ ਆ 올ਡ ਯਹੂਦੀਆਂ ਦਾ ਚੱਲ ਜਾਂਦਾ ਵਾ ਤੇ ਸਾਡੇ ਹਿੰਦੂਆਂ ਵਿੱਚ ਹੈਗਾ ਵਾ ਤੁਸੀਂ ਕੋਈ ਸ਼ੈਬ ਬਣ ਜੋ ਕੋਈ ਵੈਸ਼ਨੋ ਬਣ ਜੋ ਰਮਾਇਣ ਤੁਸੀਂ ਪੜ੍ਹਨੀ ਆ ਤੁਹਾਡਾ ਮਤਲਬ ਜਿਹੜਾ ਏਰੀਆ ਤੁਸੀਂ ਉਸ ਏਰੀਆ ਦੀ ਰਮਾਇਣ ਪੜੋ ਤੇ ਤੁਹਾਨੂੰ ਜ਼ਿਆਦਾ ਫਾਇਦਾ ਮਿਲੂਗਾ ਤੇ ਮੈਨੂੰ ਮਤਲਬ ਕਿ ਆ ਹਾਸਾ ਹੁੰਦਾ ਆਪਣੇ ਲੋਕਾਂ ਤੇ ਉਹ ਕਹਿੰਦਾ ਕੰਬ ਰਮਾਇਣ ਪੜ੍ਹ ਲਓ ਜੀ ਕੰਬ ਰਮਾਇਣ ਵਿੱਚ ਆ ਚੀਜ਼ ਲਿਖੀ ਆ ਕੰਬ ਰਮਾਇਣ ਕਿੰਨੇ 7 ਲੱਖ ਸਾਲ ਐਸਟੀਮੇਸ਼ਨ ਹੈਗੀ ਆ ਕਿ ਰਾਮਾਇਣ ਨੂੰ ਹੋ ਚੁੱਕਿਆ ਜਿਹੜੀ ਸਾਡੀ ਰਮਾਇਣ ਆ 7 ਲੱਖ ਸਾਲ ਉਸ ਤੋਂ ਬਾਅਦ ਕਿੰਨੀਆਂ ਰਮਾਇਣਾਂ ਲਿਖੀਆਂ ਗਈਆਂ ਤੇ ਕਹਿੰਦੇ ਆ ਰਮਾਇਣ ਪਰ ਲੋ ਕਿਉਂ ਪੜੀਏ ਅਸੀਂ ਰਮਾਇਣਾਂ ਹੋਰ ਜੇ ਸਾਨੂੰ ਵਾਲਮੀਕੀ ਜੀ ਨੇ ਰਮਾਇਣ ਦਿੱਤੀ ਆ ਉਹਨਾਂ ਨੇ ਸਟੋਰੀ ਉਹਨਾਂ ਦੇ ਪ੍ਰੂਫ ਪਰ ਲਿਖ ਕੇ ਦਿੱਤੇ ਆ ਅਸੀਂ ਕਿਉਂ ਪੜੀਏ ਦੂਜੀਆਂ ਤੇ ਹੋਰ ਮੇਰੇ ਵੀਰ ਕੋਈ ਜੇ ਸਵਾਲ ਵਗੈਰਾ ਹੈਗਾ ਤਾਂ ਦੱਸ ਦੋ ਜੇ ਨਹੀਂ ਹੈਗਾ ਤਾਂ ਫਿਰ ਵੀਡੀਓ ਦਾ ਅੰਤ ਕਰਦਾ ਮੈਂ ਪਰ ਆ ਵੀਡੀਓ ਉਦਾਂ ਤੁਸੀਂ ਖੁਦ ਦੇਖ ਲਈਓ ਇੱਕ ਵਾਰ ਸਾਰੀ ਕਿਉਂਕਿ ਇਹਦੇ ਵਿੱਚ ਕਾਫੀ ਮਿਹਦਰ ਚੀਜ਼ਾਂ ਦੱਸਿਆ ਹੋਇਆ ਜਿਹੜੀਆਂ ਸ਼ਾਇਦ ਤੁਹਾਨੂੰ ਤੁਸੀਂ ਪੜਨ 'ਚ ਜੇ ਨਹੀਂ ਇੰਟਰਸਟ ਰੱਖਦੇ ਤਾਂ ਨਹੀਂ ਪਤਾ ਲੱਗੂਗੀਆਂ ਤੇ ਤੁਹਾਨੂੰ ਕੋਈ ਵੀ ਈਜ਼ੀਲੀ ਬੇਫਕੂ ਬਣਾ ਸਕਦਾ ਵਾ ਕਿ ਆਪਾਂ ਤਾਂ ਇੱਕ ਨਵੀਂ ਚੀਜ਼ ਸਟਾਰਟ ਹੋਈ ਆ ਹੁਣ ਜੇ ਰਾਵਣ ਨੂੰ ਤੁਸੀਂ ਬੁਰੇ ਨੂੰ ਬੁਰਾ ਨਹੀਂ ਕਹੋਗੇ ਨਾ ਕੱਲ ਨੂੰ ਤੁਸੀਂ ਅੱਛੇ ਨੂੰ ਅੱਛਾ ਵੀ ਨਹੀਂ ਕਹਿ ਸਕਦੇ ਸਿੰਪਲ ਗੱਲ ਆ ਜੇ ਅੱਜ ਤੁਸੀਂ ਰਾਵਣ ਨੂੰ ਬੁਰਾ ਨਹੀਂ ਕਹਿ ਰਹੇ ਤਾਂ ਕੱਲ ਨੂੰ ਤੁਸੀਂ ਰਾਮ ਜੀ ਨੂੰ ਅੱਛਾ ਵੀ ਨਹੀਂ ਕਹਿ ਸਕਦੇ ਅੱਜ ਜੇ ਤੁਸੀਂ ਰਾਵਣ ਨੂੰ ਮਹਾਤਮਾ ਕਹਿ ਰਹੇ ਹੋ ਨਾ ਕੱਲ ਨੂੰ ਤੁਹਾਨੂੰ ਰਾਮ ਜੀ ਨੂੰ ਵਿਲਣ ਕਹਿਣਾ ਪੈਣਾ ਵਾ ਉਹ ਵੀ ਟਾਈਮ ਆ ਜਾਊਗਾ ਜੇ ਅੱਜ ਤੁਸੀਂ ਕ੍ਰਿਸ਼ਨ ਜੀ ਨੂੰ ਜਾਂ ਅਰਜੁਨ ਜੀ ਨੂੰ ਉਹ ਜਦਾਂ ਪਿੱਛੇ ਕਰਕੇ ਆ ਜਿਹੜਾ ਦੁਰਯੋਧਨ ਸੀਗਾ ਜਾਂ ਉਹਨਾਂ ਜਿਹੜੀ ਵੀ ਕੋਰਵ ਸੀਗੇ ਉਹ ਸਾਰਿਆਂ ਦੀ ਜੇ ਤੁਸੀਂ ਪੂਜਾ ਕਰਨੀ ਸ਼ੁਰੂ ਕਰ ਦੋਗੇ ਨਾ ਕ੍ਰਿਸ਼ਨ ਜੀ ਦਾ ਵਰਸ ਸਰ ਘਟ ਜਾਣਾ ਵਾ ਉਹਨਾਂ ਉਹਨਾਂ ਦੀ ਫਿਰ ਉਹ ਨਹੀਂ ਰਹਿਣੀ ਲੋਕਾਂ ਨੇ ਆਪਣੀਆਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਆਣੀਆਂ ਵਾ ਆ ਸਾਡੇ ਇਸ ਹਿੰਦੂਤਮਨੀ ਸਭ ਤੋਂ ਵੱਡੀ ਜਿਹੜੀ ਇਤਰਾਸ ਦੀ ਹੈਗੀ ਆਹੀ ਹੈਗੀ ਆ ਤਾਂ ਤੁਸੀਂ ਪਲੀਜ਼ ਸਾਰੇ ਆਪਣੇ ਗ੍ਰੰਥਾਂ ਨੂੰ ਪੜੋ ਆਪਣੇ ਜਿਹੜੇ オリジナル ਹੈਗੇ ਆ ਆ ਨਹੀਂ ਹੈਗਾ ਕਿ ਮੈਨੂੰ ਹੁਣ ਮੈਨੂੰ ਪਲੀਜ਼ ਕੋਈ ਆ ਨਾ ਪੁੱਛੇ ਵੀਰ ਮੈਂ ਵਾਲਮੀਕੀ ਰਮਾਇਣ ਪੜਾਂ ਯਾ ਮੈਂ ਆਰਾਮ ਚਾਹ ਤੋ ਮਨਸ ਪੜਾ ਮੈਂ ਕੰਮ ਰਮਾਈਂ ਪੜਾ ਆ ਓਬਵੀਅਸ ਜੀ ਗੱਲ ਆ ਜਿਹੜੀ ਚੀਜ਼ ਉਸ ਟਾਈਮ ਤੇ ਲਿਖੀ ਗਈ ਆ ਜਿਹੜੀ ਚੀਜ਼ ਡਾਕੂਮੈਂਟਡ ਉਸ ਟਾਈਮ ਦੀ ਹੈਗੀ ਆ ਉਹੀ ਅ ਅਸੀਂ ਆਥੈਂਟਿਕ ਮੰਨ ਸਕਦੇ ਆ ਬਾਕੀ ਚੀਜ਼ਾਂ ਆਥੈਂਟਿਕ ਨਹੀਂ ਹੋ ਸਕਦੀਆਂ ਬਾਕੀ ਆਪਣੇ ਆਪਣੇ ਖੁਦ ਦੇ ਵਿਚਾਰ ਵੀ ਹੁੰਦੇ ਆ ਪਿਆਰ ਹੁੰਦਾ ਵਾ ਉਹ ਚੀਜ਼ ਦਾ ਹੁਣ ਅੱਜ ਮੈਂ RAM ji ਦਾ ਜੇ ਚਿੱਤਰਣ ਕਰਨਾ ਹੋਵੇ ਮੈਂ ਕਿੰਨਾ ਸੋਹਣਾ ਇਦਾਂ ਲੋਕੀ ਹੁਣ ਮੂਰਤੀਆਂ ਬਣਾਉਂਦੇ ਕਿੰਨੀਆਂ ਸੋਹਣੀਆਂ ਜੇ ਬਣਾ ਦਿੰਦੇ ਆ ਇੱਥੇ ਥੋੜੀ ਜੀ ਲਾਲੀ ਲਾ ਦਿੰਦੇ ਆ ਸਮਾਈਲ ਥੋੜੀ ਜਨੇ ਜੇ ਲਿਪਸ ਬਣਾ ਦਿੰਦੇ ਆ ਸੋਹਣਾ ਜਾਂ ਨੱਕ ਸੋਹਣੀਆਂ ਜੀਆਂ ਅੱਖਾਂ ਕਿ ਇਦਾਂ ਦੇ ਦਿਖਦੇ ਹੋਊਗੇ RAM ji ਹੁਣ ਸਾਨੂੰ ਪਤਾ ਥੋੜੀ ਅਸਲ ਚ ਇਦਾਂ ਦਿਖਦੇ ਹੋਊਗੇ ਸ਼ਾਇਦ ਉਹਨਾਂ ਦਾ ਕੱਦ ਹੀ ਮੇਰੇ ਖਿਆਲ ਤੋਂ ਜੇ 10 ਫੁੱਟ ਹੋਵੇ ਕਹਿੰਦੇ ਆ ਕਿ ਪਹਿਲਾਂ ਲੋਕਾਂ ਦੇ ਕੱਦ ਵੱਡੇ ਹੁੰਦੇ ਸੀਗੇ ਸਭ ਤੋਂ ਵੱਡੇ ਹੁਣ ਹੋ ਰਾਵਣ ਪੱਕਾ ਹੀ ਥੋੜੀ ਆ ਕਿ ਉਹ ਇੱਡੀ ਇੱਡੀ ਮੁੱਛਾਂ ਸੀਗੀਆਂ ਤੇ ਜਦਾਂ ਬਹੁਤ ਹੀ ਜ਼ਿਆਦਾ ਕਰੂਰ ਜਿਹਾ ਦਿਖਦਾ ਹੋਊਗਾ ਸ਼ਾਇਦ ਬਹੁਤ ਹੀ ਸੋਹਣਾ ਦਿਖਦਾ ਹੋਵੇ ਦੇਖਣ ਨੂੰ ਤਾਂ ਲੋਕੀ ਆਮ ਸਾਡੇ ਵਰਗੇ ਹੀ ਸੀਗੇ ਕਿ ਆ ਨਹੀਂ ਹੈਗਾ ਕਿ ਕੋਈ ਜੇ ਦੇਵਤਾ ਹੈਗਾ ਤੇ ਬਹੁਤ ਸੋਹਣਾ ਜਿਹਾ ਦਿਖਦਾ ਹੋਊਗਾ ਤੇ ਜੇ ਬਾਕੀ ਹੈਗੇ ਆ ਹਾਂਜੀ ਉਹ ਤਾਂ ਕਿਹਾ ਗਿਆ ਵਾ ਕਿ ਸੁੰਦਰ ਨੇਤਰੋਂ ਵਾਲੇ ਹੁਣ ਕਿੱਦਾਂ ਦੇ ਨੇਤਰ ਸੀਗੇ ਸਾਨੂੰ ਨਹੀਂ ਨਾ ਪਤਾ ਤਾਂ ਆ ਇੱਕ ਆਪਣੀ ਸੋਚ ਆ ਸਾਡੀ ਕਿ ਇਮੇਜਿਨੇਸ਼ਨ ਕਿ ਅਸੀਂ ਆਪਣੇ ਵੱਲੋਂ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਚੀਜ਼ ਨੂੰ ਇਆ ਕਿ ਸੇ ਨਵੀਕੇ ਇਦਾਂ ਦੇ ਹੋਊਗੇ ਕਿਉਂਕਿ ਮੈਂ ਪਸੰਦ ਕਰਦਾ ਵਾਂ ਉਹਨਾਂ ਨੂੰ ਇਸ ਕਰਕੇ ਉਹ ਇਦਾਂ ਦੇ ਹੋਊਗੇ ਹੁਣ ਜੇ ਤਾਂ ਜੀਜ਼ਸ ਦਾ ਹੈ ਫਾਰ ਇਗਜ਼ਾਮਪਲ ਜੀਜ਼ਸ ਅਸਲ 'ਚ ਬਰਾਊਨ ਸੀਗਾ ਕਾਲਾ ਸੀਗਾ ਅਸਲ 'ਚ ਤੇ ਆ ਗੋਰਿਆਂ ਨੇ ਉਹਨੂੰ ਗੋਰਾ ਬਣਾਇਆ ਹੋਇਆ ਵਾ ਹੁਣ ਜੀਜ਼ਸ ਦਾ ਜੀਜ਼ਸ ਤੁਸੀਂ ਕਿਤੇ ਵੀ ਦੇਖ ਲਓਗੇ ਬਲੌਂਡ ਵਾਲ ਆਉਦੇ ਕਿ ਚਿੱਟਾ ਜਿਹੜੇ ਗੋਰਿਆਂ ਦੇ ਹੁੰਦੇ ਆ ਦਾ ਚਿੱਟੇ ਜੇ ਤੇ ਭੂਰੇ ਜੇ ਇਦਾਂ ਜਿੱਦਾਂ ਵੀ ਤੇ ਅਸਲ ਵਿੱਚ ਉਹਦੇ ਵਾਲ ਕਾਲੇ ਸੀਗੇ ਜੀਜ਼ਸ ਦੇ ਪਰ ਆ ਕਿਉਂਕਿ ਉਹਨਾਂ ਦੀ ਇਮੇਜਿਨੇਸ਼ਨ ਹੈ ਕਿ ਅਸੀਂ ਇਦਾਂ ਦਾ ਚਾਹਨੇ ਆ ਸਾਡੇ ਵਰਗਾ ਹੋਵੇ ਆ ਜਿਹੜਾ ਹੈਗਾ ਨਾ ਇਦਾਂ ਕਿ ਆ ਕਿਸੇ ਹੋਰ ਵਰਗਾ ਨਾ ਹੋਵੇ ਕਿ ਹੁਣ ਜਿਹੜੇ ਚੀਨਿਆਂ ਦਾ ਕ੍ਰਿਸਚਨ ਹੈਗੇ ਆ ਉਹਨਾਂ ਦਾ ਚੀਨਿਆਂ ਵਰਗਾ ਵਾ ਤਾਂ ਇਦਾਂ ਹੀ ਸਾਡੇ RAM ਜੀ ਨਾਲ ਲੋਕਾਂ ਨੇ ਕਰਤਾ ਮਜ਼ਾਕ ਕਿ ਉਪਰੋਂ ਸਿਆ ਚੀਜ਼ ਨੂੰ ਮੰਨੀ ਜਾਂਦੇ ਆ ਤਾਂ ਫਿਰ ਅਸੀਂ ਕਹਿੰਦੇ ਹੋਏ ਮੇਰੇ ਵੀਰ ਮੈਂ ਵੀਡੀਓ ਦਾ ਅੰਤ ਕਰਦਾ ਵਾਂ ਖਾਲਸਾ ਸਤ ਸ੍ਰੀ ਅਕਾਲ ਇਹ ਵੀਡੀਓ ਦੇਖਿਓ ਜਰੂਰ ਆ ਜ਼ਰੂਰੀ ਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣਾ 15 20 ਮਿੰਟ ਅਧਾ ਘੰਟਾ ਕੱਢ ਕੇ ਜਰੂਰ ਵੀਡੀਓ ਨੂੰ ਦੇਖ ਲਿਓ ਤੁਹਾਨੂੰ ਕਾਫੀ ਜ਼ਿਆਦਾ ਚੀਜ਼ਾਂ ਪਤਾ ਲੱਗ ਜੂਗੀ ਆ ਓਕੇ ਵੀਰ ਜੈ ਸ਼੍ਰੀ ਰਾਮ ਜੈ ਹਿੰਦ